ਸਤਿ ਸ਼੍ਰੀ ਅਕਾਲ, ਸਵਾਗਤ ਸਭ ਸਤਿਕਾਰਯੋਗ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਟੀਵੀ ਅਤੇ ਰੇਡੀਓ ਪ੍ਰੋਗਰਾਮ ਦੇ ਨਾਲ। ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲੇ, ਮੈਂ ਪਰਮਿੰਦਰ ਸਿੰਘ ਟਿਵਾਣਾ ਅਤੇ ਆਪਣੇ ਨਾਲ ਜੁੜ ਚੁੱਕੇ ਨੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ ਕੈਨੇਡਾ ਤੋਂ। ਸੇਖੋਂ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਮਿਹਰਬਾਨੀ ਸੇਖੋਂ ਸਾਹਿਬ। ਅਮਰੀਕਾ ਕੈਨੇਡਾ ਤੋਂ ਬਹੁਤ ਖਬਰਾਂ ਆ ਰਹੀਆਂ ਨੇ ਅਤੇ ਇੱਧਰੋਂ ਸਲਾਮਤੀ ਕੌਂਸਲ ਦੇ ਵਿੱਚ ਪਾਕਿਸਤਾਨ ਦਾ ਕੁੜ ਪ੍ਰਚਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਭੰਡਿਆ, ਕਿਉਂਕਿ ਪਾਕਿਸਤਾਨ ਫਿਰ ਇੱਕ ਵਾਰੀ ਅਲੱਗ ਥਲੱਗ ਹੈ। ਨਾ ਅਮੈਰੀਕਾ ਸਪੋਰਟ 'ਤੇ ਆ, ਨਾ ਚੀਨ ਸਪੋਰਟ 'ਤੇ ਆ। ਬ੍ਰਿਕਸ ਦੀ ਮੀਟਿੰਗ ਦੇ ਵਿੱਚ ਜੋ ਇਸ ਖਿੱਤੇ ਨੂੰ ਹੁਲਾਰਾ ਮਿਲਿਆ, ਆਪਣੀ ਕਰੰਸੀ 'ਚ ਵਪਾਰ ਦੀ ਗੱਲ ਹੋਈ ਹੈ, ਅਤੇ ਉੱਧਰੋਂ ਅਮੈਰੀਕਾ ਦੇ ਲਈ ਇਹ ਚਿੰਤਾਜਨਕ ਹੈ। ਅਮੈਰੀਕਾ ਆਪਣੀ ਡਾਲਰ ਦੀ ਲਾਣੇਦਾਰੀ ਛੱਡਣ ਨੂੰ ਤਿਆਰ ਨਹੀਂ। ਨਵੰਬਰ 84 ਦਾ ਉਹ ਕਾਲਾ ਦੌਰ ਸਿੱਖ ਕਤਲੇਆਮ ਦਾ ਫਿਰ ਸਾਹਮਣੇ ਆ। ਇਸ ਦੌਰਾਨ ਅਮੈਰੀਕਨ ਸੰਸਦ ਦੇ ਵਿੱਚ 1984 ਦੇ ਸਿੱਖ ਕਤਲੇਆਮ ਦੇ ਮੁਤਲਕ ਮਤਾ ਪੇਸ਼ ਕਰ ਦਿੱਤਾ ਗਿਆ। ਹਰਦੀਪ ਸਿੰਘ ਨਿੱਜਰ ਹੋਰਾਂ ਦੀ ਮੌਤ ਦੇ ਮਾਮਲੇ 'ਚ NIA ਅਜੇ ਕਹਿੰਦੇ ਸਾਨੂੰ ਮੌਤ ਦਾ ਸਰਟੀਫਿਕੇਟ ਨਹੀਂ ਮਿਲਿਆ। ਸੋ ਜਿਉਂ ਜਿਉਂ ਬ੍ਰਿਕਸ ਦਾ ਮਜ਼ਬੂਤ ਹੋਣਾ, ਤਿਉਂ ਤਿਉਂ ਉਹ ਖਾਲਿਸਤਾਨ ਅੰਦੋਲਨ ਜਾਂ ਮਾਓਵਾਦੀ ਅੰਦੋਲਨ, ਗੜ੍ਹ ਚਰੋਲੀ ਜੋ ਮਹਾਰਾਸ਼ਟਰ ਇਲੈਕਸ਼ਨ ਆ ਉੱਥੇ ਵੀ ਨਕਸਲ ਅਰਬਨ ਦਾ ਪ੍ਰਭਾਵ ਕਥਿਤ ਤੌਰ 'ਤੇ ਵੱਧ ਰਿਹਾ। ਇੱਧਰੋਂ ਖਾਲਿਸਤਾਨ ਦਾ ਮੁੱਦਾ ਵੱਧ ਰਿਹਾ, ਜੋ ਖਾਲਿਸਤਾਨ ਦੇ ਸਮਰਥਕਾਂ ਨੂੰ ਵੀ ਅਤੇ ਖਾਲਿਸਤਾਨ ਦੇ ਵਿਰੋਧੀਆਂ ਨੂੰ ਵੀ ਅਤੇ ਪਾਕਿਸਤਾਨ ਨੂੰ ਵੀ ਰਾਸ ਆਉਂਦਾ। ਪਰ ਪੰਜਾਬ ਲਈ ਇਹ ਸਭ ਕੁਝ ਅੱਛਾ ਨਹੀਂ ਹੈ। ਜਿਸ ਤਰ੍ਹਾਂ ਦਿਵਾਲੀ ਹੈ, ਸ਼ਿਵਾਕਾਸ਼ੀ ਦੇ ਪਟਾਕੇ ਪ੍ਰੋਫੈਸਰ ਸਾਹਿਬ ਬੜੇ ਮਸ਼ਹੂਰ ਨੇ ਅਤੇ ਆਪਣੇ ਪੁਰਖੇ ਵੀ ਉਹੀ ਵਜਾਉਂਦੇ ਆਏ ਨੇ, ਹੁਣ ਵੀ ਉਹੀ ਵਜਾ ਰਹੇ ਆਪਣਾ ਜਿਹੜਾ ਮੁਸਤਕਬਿਲ ਹੈ। ਪਰ ਸ਼ਿਵਾਕਾਸ਼ੀ ਦੀ ਜਿਹੜੀ ਰਿਪੋਰਟ ਹੈ ਕਿ ਇਸ ਵਾਰੀ 30% ਪਟਾਕਾ ਘੱਟ ਬਣ ਰਿਹਾ। ਇਹ ਨਹੀਂ ਕਿ ਲੋਕ ਸੁਚੇਤ ਹੋ ਗਏ ਨੇ, ਕਾਰਨ ਕਿ ਜੇਬ 'ਚ ਦਮੜੇ ਨਹੀਂ। ਦਮੜਿਆਂ ਨਾਲ ਹੀ ਦਿਵਾਲੀ ਹੈ, ਵੇਜ਼ਸ ਨਾਲ ਹੀ ਵਿਸਾਖੀ ਹੈ, ਅਤੇ ਇਸ ਦੌਰਾਨ 15% ਔਰਡਰ ਘੱਟ ਨੇ ਅਤੇ 30% ਪਟਾਕਾ ਘੱਟ ਬਣ ਰਿਹਾ। ਬਾਜ਼ਾਰਾਂ 'ਚ ਬੇਰੌਣਕੀ ਹੈ, ਕਿਸਾਨ ਕੋਲ ਪੈਸਾ ਨਹੀਂ ਹੈ। ਜੇ ਕਿਸਾਨ ਕੋਲ ਨਹੀਂ ਤਾਂ ਵਪਾਰੀ ਕੋਲ ਕਿੱਥੋਂ ਆਏਗਾ? ਕਿਸਾਨ ਅੰਦੋਲਨ ਉੱਭਰ ਰਿਹਾ, ਪੰਜਾਬ ਜਾਮ ਦਰ ਜਾਮ ਲੱਗਿਆ ਹੋਇਆ। ਇਸ ਸਿਲਸਿਲੇ ਵਿੱਚ ਇਹ ਜਿਹੜਾ ਬ੍ਰਿਕਸ ਤੋਂ ਜਿਹੜੀ ਸ਼ੁਰੂਆਤ ਹੁੰਦੀ ਹੈ, ਇਹਨੂੰ ਪੰਜਾਬ ਦੀ ਆਬੋ ਹਵਾ ਨਾਲ ਜੋੜ ਕੇ ਕਿੱਦਾਂ ਵੇਖਦੇ ਹੋ? ਜੋ ਸਰਕਮਸਟਾਂਸ ਪੰਜਾਬ ਅਫਗਾਨਿਸਤਾਨ ਵੱਲ ਨੂੰ ਹਾਲਾਤ ਪੈਦਾ ਕੀਤੇ ਜਾ ਰਹੇ ਨੇ। ਜੀ ਫਾਇਦ ਸਾਹਿਬ, ਜਿਹੜਾ ਹੈਗਾ ਜੀ ਬ੍ਰਿਕਸ ਜਿਹੜੀ ਔਰਗਨਾਈਜੇਸ਼ਨ ਸੀ, ਜਿਹਦੇ ਵਿੱਚ ਓਰੀਜਨਲੀ ਜਿਹੜੇ ਸੀਗੇ ਬ੍ਰਾਜ਼ੀਲ ਸੀਗਾ, ਰਸ਼ੀਆ ਸੀਗਾ, ਚਾਈਨਾ ਸੀਗਾ, ਇੰਡੀਆ ਸੀਗਾ ਅਤੇ ਸਾਊਥ ਅਫਰੀਕਾ ਸੀਗਾ, ਅਤੇ ਇਹ ਬੇਸਿਕਲੀ ਇਹ ਟਰਾਂਸ ਜਿਹੜੀ ਉਹਨੂੰ ਕਹਿ ਦਈਏ ਕਿ ਆਪਣਾ ਰੀਜਨਲ ਔਰਗਨਾਈਜੇਸ਼ਨ ਸੀਗੀ। ਆਮ ਤੌਰ 'ਤੇ ਮੋਟੇ ਤੌਰ 'ਤੇ ਰੀਜਨਲ ਔਰਗਨਾਈਜੇਸ਼ਨ ਹੁੰਦੀਆਂ, ਜਿੱਦਾਂ ਇੱਕ ਰੀਜਨ ਦੇ ਵਿੱਚੋਂ ਇੱਕ ਔਰਗਨਾਈਜੇਸ਼ਨ ਬਣ ਗਈ, ਜਿੱਦਾਂ ਕਿਤੇ ਸਾਡੇ ਸਾਰਕ ਹੁੰਦੀ ਸੀਗੀ ਜਾਂ ਸੀਪੂ ਸੀਗੀ, ਜਾਂ ਇਸੇ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਕਿ ਸਮੇਂ ਦੇ ਵਿੱਚ ਇਹ ਜਿਹੜੀਆਂ GCC ਬਣੀ ਸੀਗੀ ਜਾਂ ਨਾਫਟਾ ਬਣਿਆ ਸੀਗਾ, ਯੂਰਪੀਅਨ ਯੂਨੀਅਨ ਸੀ, ਇੱਦਾਂ ਸੀਗੀ। ਪਰ ਇਹ ਪਹਿਲੀ ਔਰਗਨਾਈਜੇਸ਼ਨ ਜਿਹੜੀ ਹੈਗੀ ਆ ਕਿ ਇਹ ਬਣੀ ਸੀ ਕਿ ਜਿਹੜੀ ਟਰਾਂਸ ਜਿਹੜੀ ਹੈਗੀ ਸੀਗੀ ਰੀਜਨਲ ਸੀਗੀ, ਲੈਟਿਨ ਅਮੈਰੀਕਾ ਵੀ ਸੀਗਾ ਇਹਦੇ ਵਿੱਚੋਂ, ਅਫਰੀਕਾ ਵੀ ਸੀਗਾ, ਏਸ਼ੀਆ ਵੀ ਸੀਗਾ, ਯੂਰਪ ਵੀ ਸੀਗਾ, ਔਰ ਤੁਸੀਂ ਚਾਈਨਾ ਜਿਹੜਾ ਹੈਗਾ ਇਹ ਇਹਦੇ ਵਿੱਚ ਵੱਡਾ ਹਿੱਸੇਦਾਰ ਸੀਗਾ। ਦੇਖਿਆ ਹੋਣਾ ਕਿ ਜਦੋਂ ਸੈਕਿੰਡ ਵਰਲਡ ਵਾਰ ਤੋਂ ਬਾਅਦ ਦੋ ਧਿਰਾਂ ਵਾਲੀ ਜਿਹੜੀ ਸੀਗੀ ਇੱਕ ਅੰਤਰਰਾਸ਼ਟਰੀ ਜਿਹੜੀ ਆ ਉਹ ਜਿਹੜੀ ਰਾਜਨੀਤੀ ਜਿਹੜੀ ਉਮਰਜ ਹੋਈ ਸੀਗੀ, ਜਿਹਨੂੰ ਬਾਈਪੋਲਰ ਕਹਿੰਦੇ ਸੀਗੇ। ਇੱਕ ਦੀ ਨੁਮਾਇੰਦਗੀ ਜਿਹੜੀ ਸੀ ਅਮਰੀਕਾ ਕਰਦਾ ਸੀਗਾ, ਜਿਹੜਾ ਵੈਸਟਰਨ ਵਰਲਡ ਸੀਗਾ, ਦੂਸਰੇ ਦੀ ਨੁਮਾਇੰਦਗੀ ਜਿਹੜੀ ਸੀਗੀ ਉਸ ਸਮੇਂ ਸੋਵੀਅਤ ਯੂਨੀਅਨ ਕਰਦੇ ਸੀਗੇ ਜੀ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ 90 ਤੋਂ ਬਾਅਦ ਫਿਰ ਆਲਮੋਸਟ ਇੱਕ ਯੂਨੀਪੋਲਰ ਵਰਲਡ ਹੋ ਗਈ ਕਿ ਅਮਰੀਕਾ ਦਾ ਦਬਦਬਾ ਜਿਹੜਾ ਸੀਗਾ ਉਹ ਸਾਰੇ ਪਾਸੇ ਜਿਹੜਾ ਉਹ ਬਹੁਤ ਵੱਧ ਗਿਆ। ਔਰ ਉਹਦੇ ਬਾਅਦ ਤੁਸੀਂ ਦੇਖੋ ਕਿ ਜਿਹੜੀ ਅਮਰੀਕਾ ਦੀ ਵਿਚਾਰਧਾਰਾ ਸੀਗੀ ਜਿਹਦੇ ਉੱਤੇ ਉਹ ਸਿਸਟਮ ਬੇਸ ਸੀਗਾ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ ਦੀ ਗੱਲ ਜਿਹੜੀ ਆ ਉਹ ਲੰਬਾ ਚੱਲੀ, ਅਤੇ ਪਿਛਲੇ 30-32 ਸਾਲਾਂ ਦੇ ਵਿੱਚ ਇਹਨੇ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਜੀ। ਔਰ ਇਹਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜਾ ਇਹ ਸਾਰਾ ਵਰਤਾਰਾ ਹੋਇਆ ਵਾ, ਹੋਇਆ ਕੀ ਕਿ ਪੈਸਾ ਜਿਹੜਾ ਸੀਗਾ ਜਾਂ ਤਾਕਤ ਦੀ ਜਿਹੜਾ ਸੀ ਕੇਂਦਰੀਕਰਨ ਹੋਇਆ, ਜਿਹੜੀ ਉੱਪਰਲੇ ਜਾਂ ਤਾਕਤਵਰ ਦੇਸ਼ ਸੀਗੇ ਉਹ ਹੋਰ ਤਾਕਤਵਰ ਹੋਏ, ਜਿਹੜੀਆਂ ਕਾਰਪੋਰੇਸ਼ਨ ਸੀਗੀਆਂ ਉਹ ਹੋਰ ਜ਼ਿਆਦੀਆਂ ਤਾਕਤਵਰ ਹੋਈਆਂ, ਅਤੇ ਜਿਹੜੇ ਤੀਸਰੀ ਦੁਨੀਆਂ ਦੇ ਜਿਹਨੂੰ ਕਿਸ ਸਮੇਂ ਦੇਸ਼ ਹੁੰਦੇ ਸੀਗੇ ਜਾਂ ਏਸ਼ੀਆ, ਅਫਰੀਕਾ, ਲੈਟਿਨ ਅਮੈਰੀਕਾ ਦੇ ਕੰਟਰੀ ਹੁੰਦੇ ਸੀਗੇ, ਇਹਨਾਂ ਨੂੰ ਫੋਲੋ ਕਰਨਾ ਪਿਆ ਕਿ ਤੀਸਰੀ ਰਾਜਨੀਤੀ ਜਿਹੜੀ ਹੈਗੀ ਆ ਉਹ ਸਾਰੀ ਉਹ ਸ਼ੁਰੂ ਹੋ ਗਈ ਉਹਦੇ ਵਿੱਚੋਂ। ਇਸੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿਸ ਸਮੇਂ 'ਚ ਨੋਨ ਅਲਾਈਨਮੈਂਟ ਮੂਵਮੈਂਟ ਜਿਹੜੀ ਸੀ ਉਹ ਇਸੇ ਜਿਹੜਾ ਦੋ ਧਿਰੀ ਜਿਹੜੀ ਰਾਜਨੀਤੀ ਸੀ ਗਲੋਬਲ, ਉਹਦੇ ਵਿੱਚ ਇੱਕ ਨਹਿਰੂ ਦੇ ਸਮੇਂ T2 ਸੀ, ਨਹਿਰੂ ਸੀਗਾ, ਫਿਰ ਕਾਰਨੋ ਸੀਗੇ, ਫਿਰ ਜਿਹੜੇ ਹੈਗੇ ਉੱਥੋਂ ਦੇ ਸੀਗੇ ਆਪਣਾ ਕਰਨਲ ਨਾਸਰ ਸੀਗੇ ਜੀ, ਇਹਨਾਂ ਨੇ ਕਿਹਾ ਕਿ ਅਸੀਂ ਮਿਡਲ ਜਿਹੜਾ ਹੈਗਾ ਉਹ ਪਾਥ ਕੱਢਣਾ ਵਾ ਕਿ ਅਸੀਂ ਅਲਾਈਨ ਨਹੀਂ ਹੋਣਾ, ਕਿਉਂਕਿ ਜਿਹੜੀ ਬਾਈਪੋਲਰ ਪੋਲੀਟਿਕਸ ਸੀ ਵੀ ਉਹ ਸਿਰਫ ਜਿਹੜੀ ਪੋਲੀਟਿਕਸ ਜਿਹੜੀ ਇਕਨੋਮਿਕ ਬਾਈਪੋਲੈਰਿਟੀ ਨਹੀਂ ਸੀਗੀ, ਉਹ 'ਚ ਮਿਲਟਰੀ ਲਾਈਸ ਵੀ ਹੈਗੇ ਸੀ। ਤੁਸੀਂ ਦੇਖਣਾ ਨਾ ਬਣੀ ਸੀਗੀ, ਫਿਰ ਉਹ ਤੋਂ ਬਾਅਦ ਪਹਿਲੋਂ ਬਗਦਾਦ ਪੈਕਟ ਬਣਿਆ ਸੀਗਾ, ਫਿਰ ਉਹ ਸੈਂਟੋ ਬਣ ਗਈ, ਇਸ ਤਰ੍ਹਾਂ ਸੀਟੋ ਬਣੀ ਸੀਗੀ, NGOs ਬਣੀ ਸੀ, ਬੇਸਿਕਲੀ ਮਿਲਟਰੀ ਸੀਗੀ ਪੈਕਟ ਸੀਗਾ ਜਿਹਦੇ ਵਿੱਚ
ਸੋਵੀਅਤ ਰੂਸ ਨੂੰ ਜਾਂ ਕਮਿਊਨਿਸਟ ਕੰਟਰੀਆਂ ਨੂੰ ਘੇਰਨਾ ਸੀਗਾ। ਜੀ ਇਸੇ ਤਰੀਕੇ ਨਾਲ ਉਹਨਾਂ ਨੇ ਫਿਰ ਮੁੜ ਕੇ ਜਿਹੜੀ ਹੈ ਤੁਹਾਡੀ ਜਿਹੜੀ ਆਪਣੀ ਬਣੀ ਸੀਗੀ ਆਪਣਾ ਇੱਕ ਇਕਨੋਮਿਕ ਜਿਹੜੀ ਆਪਣੀ ਕਾਰ ਬਣਾਈ ਸੀਗੀ ਔਰਗੇਨਾਈਜੇਸ਼ਨ ਬਣੀ ਸੀਗੀ। ਇਸ ਤਰ੍ਹਾਂ ਸੋਵੀਅਤ ਯੂਨੀਅਨ ਨੇ ਵੀ ਆਪਣਾ ਜਿਹੜਾ ਸੀਗਾ ਇੱਕ ਮਿਲਟਰੀ ਅਲਾਇੰਸ ਬਣਾਇਆ ਸੀ, ਇੱਕ ਇਕਨੋਮਿਕ ਅਲਾਇੰਸ ਬਣਾਇਆ ਸੀਗਾ। ਤਾਂ ਉਹ ਹਾਲਾਤ ਦੇ ਵਿੱਚ ਜਿਹੜੇ ਨਵੇਂ ਜਿਹੜੇ ਦੇਸ਼ ਆਜ਼ਾਦ ਹੋਏ ਸੀ, ਉਹਨੂੰ ਲੱਗਦਾ ਸੀ ਵੀ ਦੋ ਹੀ ਆਪਸ਼ਨ ਸੀਗੀਆਂ, ਜੇ ਅਮਰੀਕਾ ਨਾਲ ਜਾਂਦੇ ਸੀ ਜਾਂ ਰੂਸ ਨਾਲ ਜਾਂਦੇ ਸੀਗੇ। ਜੇ ਅਮਰੀਕਾ ਨਾਲ ਜਾਂਦੇ ਸੀ ਤਾਂ ਰੂਸ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਸੀਗੇ, ਜੇ ਰੂਸ ਦੇ ਨਾਲ ਜੁੜਦੇ ਸੀ ਤਾਂ ਅਮਰੀਕਾ ਜਿਹੜਾ ਸੀਗਾ ਉਹਨਾਂ ਲਈ ਜਿਹੜਾ ਹੈਗਾ ਸੀ ਰਸਤੇ ਬੰਦ ਕਰਦਾ ਸੀ। ਮਿਡਲ ਪਾਥ ਕੱਢਿਆ ਸੀਗਾ ਕਿ ਅਸੀਂ ਆਪਣੀ ਇੰਡੀਪੈਂਡ ਫੋਰਨ ਪਾਲਿਸੀ ਚਾਹੁੰਦੇ ਹਾਂ ਅਤੇ ਦੋਵਾਂ ਜਿਹੜੇ ਵੱਡੀਆਂ ਤਾਕਤਾਂ ਤੋਂ ਲਾਂਭੇ ਰਹਿ ਕੇ ਅਸੀਂ ਆਪਣੇ ਦੇਸ਼ ਦਾ ਵਿਕਾਸ ਆਪਣੇ ਤਰੀਕੇ ਨਾਲ ਕਰਨਾ ਚਾਹੁੰਦੇ ਹਾਂ। ਉਹ ਵੀ ਹੌਲੀ ਹੌਲੀ ਇਹ ਬਦਲੇ ਹੋਏ ਹਾਲਾਤਾਂ ਦੇ ਵਿੱਚੋਂ ਜਿਹੜੀ ਸੀ ਉਹ ਖਤਮ ਹੋ ਗਈ ਅਤੇ ਫਿਰ ਇਸੇ ਤਰੀਕੇ ਨਾਲ ਰੀਜਨਲ ਔਰਗਨਾਈਜੇਸ਼ਨ ਜੇ ਖੜੀਆਂ ਹੋਣੀ ਸ਼ੁਰੂ ਹੋ ਗਈਆਂ। ਤੁਸੀਂ ਦੇਖ ਇਸ ਸਮੇਂ ਸਾਰਕ ਵੀ ਬਣੀ ਸੀ 85-6 ਦੇ ਵਿੱਚ, ਪਰ ਉਹ ਨਹੀਂ ਬਹੁਤੀ ਤਰੀਕੇ ਨਾਲ ਚੱਲ ਸਕੀ। ਜਿਸ ਬਣੀ ਸੀ ਗਲਫ ਕੋਆਪਰੇਸ਼ਨ ਕੌਂਸਲ ਬਣੀ ਸੀਗੀ, ਇਸੇ ਤਰੀਕੇ ਨਾਲ ਅਫਰੀਕਨ ਓਏਯੂ ਔਰਗਨਾਈਜੇਸ਼ਨ ਅਫਰੀਕਨ ਯੂਨੀਅਨ ਬਣੀ ਸੀ। ਇਸ ਤਰੀਕੇ ਨਾਲ ਇਹਨਾਂ ਦੇਸ਼ਾਂ ਨੇ ਜਿਹੜੀ ਹੈਗੀ ਸੀ ਆਪਣੀ ਇੱਕ ਰੀਜਨਲ ਔਰਗਨਾਈਜੇਸ਼ਨ ਬਣਾਈਆਂ ਕਿ ਅਸੀਂ ਇਕੱਠੇ ਹੋ ਕੇ ਕੋਈ ਵੀ ਕੰਮ ਕਰਾਂਗੇ ਜਾਂ ਇਕੱਠੇ ਸਾਡੀ ਬਾਰਗੇਨਿੰਗ ਵਧੂਗੀ, ਚਾਹੇ ਉਹ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਜਾਂ ਸਾਡਾ ਆਪਸ ਵਿੱਚ ਟ੍ਰੇਡ ਵਧੂਗਾ। ਪਰ ਇਹ ਵੀ ਬਹੁਤ ਜ਼ਿਆਦਾ ਕਾਮਯਾਬ ਨਹੀਂ ਹੋਇਆ। ਇਸੇ ਕੰਟੈਕਸਟ ਦੇ ਵਿੱਚ ਜਿਹੜੀ ਜਿਹੜੀ ਬ੍ਰਿਕਸ ਜਿਹੜੀ ਸੀਗੀ, ਜਿਹੜੀ ਖਾਸ ਕਰਕੇ ਜਦੋਂ ਇਹ ਦੇਖਿਆ ਕਿ ਰੂਸ ਵੀ ਟੁੱਟ ਗਿਆ ਹੈ ਜਾਂ ਅਮਰੀਕਾ ਦੀ ਧੌਂਸ ਬਹੁਤ ਜ਼ਿਆਦਾ ਵੱਧ ਗਈ ਆ, ਜਾਂ ਜਿਸ ਤਰੀਕੇ ਦੇ ਨਾਲ ਉਹਦੀ ਡੋਮੀਨੈਂਸ ਡਾਲਰ ਦੀ ਗੱਲ ਕੀਤੀ ਆ ਜਾਂ ਹੋਰ ਵਪਾਰ ਦੇ ਤੌਰ 'ਤੇ ਜਾਂ ਮਿਲਟਰੀ ਡੋਮੀਨੈਂਸ ਦੇ ਤੌਰ 'ਤੇ, ਉਹਨੂੰ ਕਿੱਦਾਂ ਜਿਹੜਾ ਹੈਗਾ ਸੀ ਚੈਲੰਜ ਕੀਤਾ ਜਾਵੇ ਜਾਂ ਕਿੱਦਾਂ ਉਹਦਾ ਇਕੱਠੀ ਹੋ ਕੇ ਮੁਕਾਬਲਾ ਕੀਤਾ ਜਾਵੇ, ਉਹ ਜੋ ਬ੍ਰਿਕਸ ਨਿਕਲੀ ਸੀਗੀ, ਤਾਂ ਕਿ ਜਿਹੜੇ ਸਾਂਝੇ ਮਸਲੇ ਹੈਗੇ ਆ ਜਾਂ ਸਾਡੇ ਸਾਂਝੇ ਜਿਹੜੇ ਜਿਹੜਾ ਖਾਸ ਕਰਕੇ ਜਿਹੜੀ ਆਰਥਿਕ ਕਿੱਦਾਂ ਲੋਕਾਂ ਦਾ ਸੁਧਾਰ ਕੀਤਾ ਜਾ ਸਕਦਾ ਵਾ, ਕਿੱਦਾਂ ਵਪਾਰ ਨੂੰ ਵਧਾਇਆ ਜਾ ਸਕਦਾ ਵਾ, ਕਿੱਦਾਂ ਜਿਹੜਾ ਹੈਗਾ ਵੱਧਦੀ ਤਾਕਤ ਜਿਹੜੀ ਹੈਗੀ ਆ ਉਹਨੂੰ ਜਿਹੜਾ ਹੈਗਾ ਕਿਸਮ ਦਾ ਚੈਲੰਜ ਤਾਂ ਨਹੀਂ ਕਹੂਗਾ ਪਰ ਉਹ ਤੋਂ ਬਚਿਆ ਜਾ ਸਕਦਾ ਵਾ। ਅਤੇ ਉਹਦੇ ਵਿੱਚ ਇਹ ਜਿਹੜੇ ਇਹ ਵੱਡੀਆਂ ਤਾਕਤਾਂ ਜਿਹੜੀਆਂ ਸੀ, ਜਿਹਦੇ ਵਿੱਚ ਰੂਸ ਵੀ ਸੀਗਾ, ਜਿਹਦੇ ਵਿੱਚ ਚੀਨ ਵੀ ਸੀਗਾ, ਜਿਹਦੇ ਵਿੱਚ ਹਿੰਦੁਸਤਾਨ ਵੀ ਸੀਗਾ, ਬ੍ਰਾਜ਼ੀਲ ਵੀ ਸੀਗਾ, ਸਾਊਥ ਅਫਰੀਕਾ ਸੀ, ਇਹ ਉਹ ਦੇਸ਼ ਸੀਗੇ ਜਿਹੜੇ ਦੇਸ਼ਾਂ ਨੇ ਕਿਹਾ ਕਿ ਸਾਨੂੰ ਆਖਰੀ ਰੀਜਨਲ ਔਰਗਨਾਈਜੇਸ਼ਨ ਬ੍ਰਿਕਸ ਦਾ ਨਾਂ ਦਿੱਤਾ ਗਿਆ ਸੀ, ਪਹਿਲਾ ਅੱਖਰ ਨਾਂ ਲੈ ਕੇ ਹਰ ਦੇਸ਼ ਦਾ, ਇਹ ਉਹ ਬਣਾਈ। ਪਿੱਛੇ ਜਿਹੇ ਥੋੜੇ ਦਿਨ ਪਹਿਲਾਂ ਜਿਹੜੀ ਹੈਗੀ ਆ ਇੱਕ ਸਮਿਟ ਮੀਟ ਹੋ ਕੇ ਹਟੀ ਆ ਕਿ ਜਿਹਦੇ ਵਿੱਚ ਦੁਬਾਰਾ ਹੋਰ ਵੀ ਦੇਸ਼ ਜਿਹੜੇ ਉੱਚ ਤੁਸੀਂ ਦੇਖਿਆ ਉਹਨਾਂ ਦੇ ਵਿੱਚ ਜੁੜੇ ਆ, ਇਹਦੇ ਵਿੱਚ ਇਜਿਪਟ ਆ ਗਿਆ, ਇਥੋਪੀਆ ਆ ਗਿਆ, ਯੂਈ ਆ ਗਿਆ ਵਾ, ਇਰਾਨ ਆ, ਮੁਸਲਿਮ ਕੰਟਰੀ ਆ ਗਏ ਨੇ 7-8 ਨਵੇਂ, 35-36 ਕੰਟਰੀ ਨੂੰ ਹੋਰ ਉਹਨਾਂ ਨੇ ਇਨਵਾਈਟ ਕੀਤਾ ਇੱਕ ਪੈਰਲਲ ਬਲੌਕ ਬਣਾਉਣ ਵਾਸਤੇ ਕਿ ਜਿਹੜਾ ਖਾਸ ਕਰਕੇ ਜਿਹੜਾ ਦੁਨੀਆ ਦੇ ਵਿੱਚ ਵਰਲਡ ਆਰਡਰ ਹੈਗਾ, ਜਿਹੜਾ ਗਲੋਬਲ ਵਰਲਡ ਆਰਡਰ ਵਾ, ਔਰ ਉਹ ਗਲੋਬਲ ਵਰਲਡ ਆਰਡਰ ਜਿਸ ਤਰੀਕੇ ਨਾਲ ਅਮਰੀਕਾ ਦੇ ਦੁਆਰਾ ਜਿਹੜੀ ਉਹਦੀ ਧੌਂਸ ਉਹਦੇ ਵਿੱਚ ਹੈਗੀ ਆ, ਕਿ ਕਿਸੇ ਤਰੀਕੇ ਨਾਲ ਪੈਰਲਲ ਜਿਹੜਾ ਗਲੋਬਲ ਵਰਲਡ ਆਰਡਰ ਜਿਹੜਾ ਬਣਾਇਆ ਜਾਵੇ ਤਾਂ ਕਿ ਜਿਹੜਾ ਹੈਗਾ ਸਾਡੀ ਆਪਣੀ ਬਾਰਗੇਨਿੰਗ ਵੱਧ ਸਕੇ, ਤਾਂ ਕਿ ਅਸੀਂ ਜਿਹੜਾ ਜਿਸ ਕਿਸਮ ਦਾ ਨਿਜ਼ਾਮ ਤੁਹਾਡੀਆਂ ਜਿਹੜੀਆਂ ਇੰਟਰਨੈਸ਼ਨਲ ਇੰਸਟੀਟਿਊਸ਼ਨ ਹੈਗੀਆਂ, ਚਾਹੇ ਉਹ ਤੁਹਾਡੀ ਵਰਲਡ ਬੈਂਕ ਹੈਗੀ ਆ, ਚਾਹੇ ਉਹ IMF ਹੈਗਾ ਵਾ, ਚਾਹੇ ਹੋਰ ਜਿਹੜਾ ਵੀ ਕੁਛ ਹੈਗਾ ਵਾ, ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਯੂਨਾਈਟਿਡ ਨੇਸ਼ਨ ਦੇ ਵਿੱਚ ਸਿਕਿਉਰਿਟੀ ਕੌਂਸਲ ਵਾਲੀ ਗੱਲ ਜਿਹੜੀ ਹੈਗੀ ਆ ਕਿ ਉਹ ਸਾਰੇ ਨੂੰ ਰੀਸਟਰਕਚਰ ਕਰਕੇ ਇੱਕ ਉਹੋ ਜਿਹਾ ਨਿਜ਼ਾਮ ਜਿਹੜਾ ਖੜਾ ਕੀਤਾ ਜਾ ਸਕੇ ਜਿਨ੍ਹਾਂ 'ਚ ਇਹ ਦੇਸ਼ ਜਿਹੜੇ ਆ ਖਾਸ ਕਰਕੇ ਜਿਹੜੀਆਂ ਅਮਰਜਿੰਗ ਜਿਹੜੇ ਜਿਹੜੇ ਕੰਟਰੀਜ਼ ਹੈਗੇ ਆ, ਜਿੱਥੇ ਇੰਡੀਆ ਵੀ ਹੈਗਾ, ਬ੍ਰਾਜ਼ੀਲ ਵੀ ਹੈਗਾ ਵਾ, ਕਿ ਇਹਨਾਂ ਦਾ ਸ਼ੇਅਰ ਜਿਹੜਾ ਹੈਗਾ ਵਾ ਗਲੋਬਲ ਸਿਸਟਮ ਦੇ ਵਿੱਚ ਉਹ ਜਿਹੜਾ ਉਹਨਾਂ ਨੂੰ ਮਿਲ ਸਕੇ। ਜੀ, ਇਹਦੇ 'ਚ ਜਿਵੇਂ ਖੇਡ ਇੱਕ ਖੇਡੀ ਜਾਂਦੀ ਹੈ, ਮੁਹੱਲੇ ਦੇ ਜਵਾਕ ਇਕੱਠੇ ਹੋ ਜਾਣ, ਪਰ ਇੱਕ ਸ਼ਰਾਰਤੀ ਜਿਹਾ ਲਾਈਲੱਗ ਜਿਹਾ ਮੁੰਡਾ ਹੁੰਦਾ ਉਹਨੂੰ ਕੋਈ ਵੀ ਟੀਮ 'ਚ ਨਹੀਂ ਪਾਉਣਾ ਚਾਹੁੰਦਾ। ਹੁਣ ਦੇਖੋ, ਚਾਈਨਾ ਦੇ ਪਾਕਿਸਤਾਨ ਨਾਲ ਵਧੀਆ ਸੰਬੰਧ ਨੇ, ਕਦੇ ਅਮੈਰੀਕਾ ਨਾਲ ਵਧੀਆ ਸੰਬੰਧ ਨੇ, ਅਸੀਂ ਜਿਹੜਾ ਹੈ ਮਿਰਾਜ ਜਹਾਜ਼ ਲੈਂਦੇ ਹਾਂ ਅਤੇ ਉੱਥੋਂ F-16 ਅਮੈਰੀਕਾ ਪਾਕਿਸਤਾਨ ਨੂੰ ਦੇ ਦਿੰਦਾ। ਪਾਕਿਸਤਾਨ ਨੂੰ ਇਸ ਬ੍ਰਿਕਸ ਦੇ ਵਿੱਚੋਂ ਲਾਂਭੇ ਰੱਖਣ ਦੀ ਕੀ ਮਨਸ਼ਾ, ਕੀ ਇਹ ਇੰਡੀਆ ਦਾ ਦਬਾਅ ਆ? ਹੁਣ ਪਾਕਿਸਤਾਨ ਸਲਾਮਤੀ ਕੌਂਸਲ ਦੇ ਵਿੱਚ ਕਸ਼ਮੀਰ ਦਾ ਮੁੱਦਾ ਉਠਾ ਰਿਹਾ, ਅਤੇ ਇੱਧਰੋਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਾ ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਹਿੰਦੂਆਂ ਦੇ ਕੋਹੇ ਜਾਣ ਦੀਆਂ ਖਬਰਾਂ ਨੂੰ ਬਣਾ ਬਣਾ ਕੇ ਪਾਕਿਸਤਾਨ ਨੂੰ ਭੰਡ ਰਿਹਾ। ਪਾਕਿਸਤਾਨ ਨੂੰ ਇਸ ਦੇ ਵਿੱਚ ਅਲੱਗ ਥਲੱਗ ਬ੍ਰਿਕਸ 'ਚੋਂ ਬਾਹਰ ਰੱਖਣ ਦੀ ਮਨਸ਼ਾ ਕੀ ਭਾਰਤ ਦਾ ਦਬਾਅ ਆ? ਕਿਉਂਕਿ ਪਾਕਿਸਤਾਨ ਇਹਨਾਂ ਸਾਰੀਆਂ ਟੀਮਾਂ 'ਚੋਂ ਜੇ ਕਿਸੇ ਨੂੰ ਉਂਗਲ ਲਾਉਣੀ ਹੈ ਭਾਰਤ ਨਾਲ, ਜੇ ਕਿਸੇ ਦੇ ਸਿੰਘ ਪੜਾਉਣੇ ਨੇ ਤਾਂ ਪਾਕਿਸਤਾਨ ਹੀ ਹੈ। ਭਾਰਤ ਪਾਕਿਸਤਾਨ ਨੂੰ ਇਸ ਦੇ ਵਿੱਚ ਕਿਉਂ ਸ਼ਾਮਿਲ ਨਹੀਂ ਕਰਦਾ? ਕੋਈ ਮਜ਼ਹਬੀ ਮਜਬੂਰੀ ਹੈ? ਮੈਨੂੰ ਨਹੀਂ ਲੱਗਦਾ ਕਿ ਇਸ ਕਿਸਮ ਦੀ ਜਿਹੜੀ ਕੋਈ ਮਜਬੂਰੀ ਜਿਹੜੀ ਹੋ ਸਕਦੀ ਹੈ। ਤੁਸੀਂ ਦੇਖੋ ਵੀ ਭਾਰਤ ਨੇ ਸਾਰਕ ਦੇ ਵਿੱਚ ਵੀ ਜਿਹੜਾ ਹੈਗਾ ਸੀਗਾ ਉਹਦਾ ਮੈਂਬਰ ਸੀਗਾ, ਪਾਕਿਸਤਾਨ ਨੇ ਲੇਟਰ ਦੇ 80 ਤੋਂ ਬਾਅਦ ਆਣ ਕੇ ਨੌਨ ਅਲਾਈਨਡ ਮੂਵਮੈਂਟ ਵੀ ਜੁਆਇਨ ਕਰ ਲਈ ਸੀਗੀ। ਪਹਿਲੋਂ ਇਹ ਅਮੈਰੀਕਨ ਅਲਾਇੰਸਿਸ ਦਾ ਹਿੱਸਾ ਸੀ। ਅਸਲ 'ਚ ਪਾਕਿਸਤਾਨ ਦੀ ਆਪਣੀ ਹਾਲਤ ਜਿਹੜੀ ਆ ਬਹੁਤ ਪੋਲੀਟੀਕਲ ਹਾਲਤ ਜਾਂ ਹੋਰ ਹਾਲ ਜਿਹੜੀ ਆ ਬਹੁਤ ਖਸਤੀ ਹੈਗੀ ਆ। ਪੋਲੀਟੀਕਲ ਸਟੇਬਿਲਟੀ ਉੱਥੇ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਨਹੀਂ ਹੈ, ਔਰ ਇਸ ਕਿਸਮ ਦਾ ਉਹਦਾ ਪ੍ਰੈਸ਼ਰ ਵੀ ਨਹੀਂ ਹੈਗਾ। ਔਰ ਇਹ ਕਿਉਂਕਿ ਜਿਸ ਤਰੀਕੇ ਨਾਲ ਪਾਕਿਸਤਾਨ ਦੀ ਡਿਪੈਂਡੈਂਸ ਹੈਗੀ ਆ ਯੂਨਾਈਟਡ ਸਟੇਟਸ ਆਫ ਜਿਹੜਾ ਅਮੈਰੀਕਾ ਦੇ ਉੱਤੇ, ਤੁਸੀਂ ਇਹ ਕੀਤੀ ਆ ਕਿ ਚੀਨ ਦੇ ਨਾਲ ਉਹਨਾਂ ਦੀ ਬਹੁਤ ਨੇੜਤਿਆ ਹੈ,
ਅੰਤਰਰਾਸ਼ਟਰੀ ਸੰਬੰਧਾਂ ਦੇ ਵਿੱਚ ਕੋਈ ਕਿਸੇ ਦਾ ਨਾ ਪਰਮਾਨੈਂਟ ਮਿੱਤਰ ਹੁੰਦਾ ਵਾ ਨਾ ਕੋਈ ਦੁਸ਼ਮਣ ਹੁੰਦਾ ਵਾ, ਉਹਦੇ ਇੰਟਰਸਟ ਜਿਹੜੇ ਹੁੰਦੇ ਆ ਉਹ ਪਰਮਾਨੈਂਟ ਹੁੰਦੇ ਆ। ਹੁਣ ਤੁਸੀਂ ਚੀਨ ਦੇ ਨਾਲ ਸਾਡਾ ਟ੍ਰੇਡ ਇਸ ਵੇਲੇ ਸਭ ਤੋਂ ਵੱਧ ਟ੍ਰੇਡ ਸਾਡਾ ਜਿਹੜਾ ਵਾ ਉਹ ਚਾਈਨਾ ਦੇ ਨਾਲ ਹੋਣ ਡਿਆ, ਅਮਰੀਕਾ ਤੋਂ ਬਾਅਦ ਜਿਹੜਾ ਸੀਗਾ ਪੈਲੇਸ ਆਫ ਟ੍ਰੇਡ ਜਿਹੜਾ ਹੈਗਾ ਵਾ ਉਹ ਚੀਨ ਦੇ ਪੱਖ ਦੇ ਵਿੱਚ ਵਾ, ਇਸ ਵੇਲੇ ਬਹੁਤ ਵੱਡਾ ਕਸਟਮਰ ਵਾ ਚੀਨੀ ਜਿਹੜੀਆਂ ਜਿਹੜਾ ਸਮਾਨ ਵਾ ਉਹਨੂੰ ਖਰੀਦਣ ਦੇ ਵਿੱਚ। ਦੂਸਰੇ ਤੇ ਪਾਕਿਸਤਾਨ ਨਾਲ ਕੰਪੇਅਰ ਕਰੀਏ, ਪਾਕਿਸਤਾਨ ਦੀ ਇਕਨੋਮੀ ਜਿਹੜੀ ਉਹ ਟੋਟਲੀ ਉਹਦੀ ਏਡ ਤੇ ਅਸਿਸਟੈਂਸ ਦੇ ਉੱਤੇ ਡਿਪੈਂਡੈਂਟ ਆ, ਉਹਦੇ ਤੋਂ ਜਿਹੜਾ ਖਾਸ ਕਰਕੇ ਲੋਨ ਜਾਂ ਕਰਜ਼ਾ ਜੋ ਵੀ ਉਹਦੇ ਤੋਂ ਲੈ ਰਿਹਾ ਉਹਦੇ ਵਿੱਚੋਂ ਕਰਕੇ, ਤੋ ਇਸ ਕਰਕੇ ਉਸ ਲੈਵਲ ਦੇ ਉੱਤੇ ਆਉਣ ਵਾਸਤੇ ਪਾਕਿਸਤਾਨ ਦੀਆਂ ਜਿਹੜੀਆਂ ਇੰਟਰਨਲ ਮਜਬੂਰੀਆਂ ਵੀ ਹੈਗੀਆਂ, ਪਾਕਿਸਤਾਨ ਦੇ ਪ੍ਰੈਸ਼ਰ ਵੀ ਹੈਗਾ। ਹੁਣ ਪਤਾ ਨਹੀਂ ਪਾਕਿਸਤਾਨ ਦੀ ਆਰਮੀ ਨੂੰ ਕਿਸ ਤਰੀਕੇ ਨਾਲ ਲੈਂਦੀ ਆ, ਜਾਂ ਇਹ ਵੀ ਨਾ ਹੋਵੇ ਕਿਤੇ ਵੀ ਚਾਈਨਾ ਹੀ ਨਹੀਂ ਚਾਹੁੰਦਾ ਹੋਊਗਾ ਕਿ ਇਹਨੂੰ ਵਿੱਚ ਲਿਆਣ ਕੇ ਤੁਸੀਂ ਜਿਹੜਾ, ਕਿਉਂਕਿ ਮੋਟੇ ਤੌਰ ਤੇ ਇਹ ਸਾਰੇ ਬਲੋਕ ਦੇ ਵਿੱਚ ਦੇਖੀ ਜਾਈਏ ਕਿ ਅਲਟੀਮੇਟਲੀ ਭਾਵੇਂ ਰੂਸ ਵੱਡੀ ਤਾਕਤ ਵਾ ਪਰ ਡੋਮੀਨੈਂਸ ਜਿਹੜੀ ਹੈ ਇਹਦੇ ਵਿੱਚ ਚਾਈਨਾ 'ਚ ਹੋ ਰਹੀ ਆ। ਡੋਮੀਨੈਂਸ ਗੱਲ ਕਰਦਾ ਕਿ ਚਾਈਨਾ ਇਸ ਵੇਲੇ ਇਕਨੋਮਿਕ ਪਾਵਰ ਬਹੁਤ ਵੱਡੀ ਇਕਨੋਮਿਕ ਪਾਵਰ ਬਣ ਗਈ ਹੈ। ਚਾਈਨਾ ਦੇ ਮੈਨੂਫੈਕਚਰਿੰਗ ਜਿਹੜੀ ਹੈਗੀ ਆ ਉਹ ਸਭ ਤੋਂ ਵੱਧ ਮੈਨੂਫੈਕਚਰਿੰਗ ਹੋ ਰਹੀ ਆ। ਚਾਈਨਾ ਜਿਹੜਾ ਹਰ ਹਾਰਡ ਇੰਡਸਟਰੀ ਦੇ ਵਿੱਚ ਆਪਣੇ ਜਿਹੜਾ ਫਿਨਿਸ਼ਡ ਗੁੱਡ ਨੂੰ ਜਿਹੜਾ ਹੈਗਾ ਉਹ ਐਕਸਪੋਰਟ ਕਰਨ ਡਿਆ ਹੈਗਾ। ਤੋ ਇੱਥੇ ਜਿਹੜਾ ਖਾਸ ਕਰਕੇ ਪਾਕਿਸਤਾਨ ਉਹਦੇ ਸਪੈਸ਼ਲ ਰਿਲੇਸ਼ਨਸ ਹੈਗੇ ਆ, ਪਰ ਪਿਛਲੇ ਸਮੇਂ 'ਚ ਦੇਖਿਆ ਕਿ ਰਿਲੇਸ਼ਨਸ਼ਿਪ ਜਿਹੜੇ ਹੁੰਦੇ ਵੀ ਤੁਹਾਨੂੰ ਕਿੰਨਾ ਇਕਨੋਮਿਕ ਬੈਨੀਫਿਟ ਹੁੰਦਾ। ਮੈਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਦਾ ਇੰਟਰਨਲ ਹਾਲਾਤ ਜਾਂ ਪਾਕਿਸਤਾਨ ਦੀ ਜਿਹੜੀ ਇੰਟਰਨਲ ਡਿਮਾਂਡ ਹੈਗੀ ਆ, ਆਫਟਰ ਆਲ ਸਮਾਨ ਵੇਚਣਾ ਵਾ ਤਾਂ ਤੁਹਾਨੂੰ ਅੰਦਰਲੇ ਪਾਸੇ ਉਹਦੀ ਡਿਮਾਂਡ ਵੀ ਹੋਣੀ ਚਾਹੀਦੀ ਆ, ਉਹ ਉਹਦੇ ਵਿੱਚ ਨਹੀਂ ਹੈਗੀ। ਦੂਸਰੀ ਗੱਲ ਹੈਗੀ ਆ ਕਿ ਜਿਹੜਾ ਤੁਸੀਂ ਕਸ਼ਮੀਰ ਦੀ ਕੀਤੀ ਆ, ਇਹ ਤਾਂ 1947 ਤੋਂ ਚੱਲੀ ਆ ਰਿਹਾ, ਉਹ ਪਾਕਿਸਤਾਨ ਦੀ ਇੱਕ ਮਜਬੂਰੀ ਬਣ ਚੁੱਕੀ ਆ ਕਿ ਉਹ ਉਹਨੇ ਅਲਾਪ ਜਿਹੜਾ ਹੈਗਾ ਵਾ ਉਹ ਉੱਥੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨੇ ਉਹ ਕਹਿਣਾ ਹੀ ਕਹਿਣਾ, ਜਦੋਂ ਕਿ ਪਤਾ ਹੈਗਾ ਕਿ ਤੁਸੀਂ ਦੇਖੋਗੇ ਹੁਣ ਤੋਂ ਪਿੱਛੇ ਜੇ ਕਸ਼ਮੀਰ ਦੇ ਵਿੱਚ ਇਲੈਕਸ਼ਨਸ ਹੋਈਆਂ, ਸ਼ਾਇਦ ਬਹੁਤ ਲੰਮੇ ਸਮੇਂ ਤੋਂ ਬਾਅਦ ਇੱਕ ਉਹ ਮੈਨੂੰ ਲੱਗਦਾ ਕਿ ਬਹੁਤ ਫੇਅਰ ਇਲੈਕਸ਼ਨ ਜਿਹੜੀਆਂ ਵਾ ਉਹਦੇ ਵਿੱਚ ਹੋਈਆਂ, ਔਰ ਜਿਸ ਤਰੀਕੇ ਨਾਲ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਉਹ 'ਚ ਪਾਰਟੀਸਪੇਟ ਕੀਤਾ। ਇਹਦੇ ਬਰਾਬਰ ਦੇ ਉੱਤੇ ਤੁਹਾਡੇ ਪਾਕਿਸਤਾਨ ਓਕੂਪਾਈਡ ਕਸ਼ਮੀਰ ਹੈਗਾ, ਉਹਦੇ ਉਹਦੀ ਹਾਲਾਤ ਦੇਖ ਲਓ, ਉਹਦੀ ਇਕਨੋਮਿਕ ਹਾਲਤ ਦੇਖ ਲਓ, ਉੱਥੇ ਜਿਹੜਾ ਡਿਵੈਲਪਮੈਂਟ ਦਾ ਹਾਲ ਦੇਖ ਲਓ, ਉਹ ਕਿਤੇ ਵੀ ਸਟੈਂਡ ਨਹੀਂ ਕਰਦੇ। ਤੇ ਮੈਨੂੰ ਇਹ ਲੱਗਦਾ ਕਿ ਹਾਂ ਪਾਕਿਸਤਾਨ ਕੱਲ੍ਹ ਨੂੰ ਇਸ ਫਰੇਮਵਰਕ ਦੇ ਵਿੱਚ ਆ ਸਕਦਾ ਜੇ ਕੱਲ੍ਹ ਨੂੰ ਤਰੀਕੇ ਨਾਲ ਤੁਸੀਂ ਦੇਖੋ ਕਿ ਟ੍ਰੇਡ ਅੱਗੇ ਵੱਧ ਰਿਹਾ ਹੈ ਪੰਜਾਬ ਦੇ ਵਿੱਚ, ਜਿਸ ਤਰੀਕੇ ਨਾਲ ਸੜਕਾਂ ਦਾ ਨੈਟਵਰਕ ਵੱਧ ਰਿਹਾ, ਉਹ ਸੜਕਾਂ ਦਾ ਨੈਟਵਰਕ ਸਿਰਫ ਕੋਈ ਪੰਜਾਬ ਵਾਸਤੇ ਥੋੜ੍ਹਾ ਹੈਗਾ ਵਾ, ਉਹਦਾ ਪੈਸੇਜ ਦਾ ਜਿਹੜਾ ਹੈਗਾ ਇੰਟਰਨੈਸ਼ਨਲ ਮਨਸ਼ਾ ਉਹਦੀ ਤਾਂ, ਕਿਉਂਕਿ ਦੇਖੋ ਉਧਰੋਂ ਗਦਾਵਰ ਰੂਟ ਤਿਆਰ ਹੋ ਰਿਹਾ ਚਾਈਨਾ ਦਾ ਪਾਕਿਸਤਾਨ ਦੇ ਥਰੂ ਯੂਰਪ ਤੱਕ ਪਹੁੰਚਣ ਦਾ, ਇਧਰੋਂ ਭਾਰਤ ਮਾਲਾ ਪ੍ਰੋਜੈਕਟ ਹੈ ਉਹ ਹੁਣ ਬਾਰਡਰ 'ਤੇ ਇਕੱਲੇ ਫੌਜ ਵਾਸਤੇ ਥੋੜ੍ਹਾ ਬਣ ਰਿਹਾ, ਇਹ ਤਾਂ ਪੂਰੇ ਇੰਡੀਆ ਦਾ ਅਨਾਜ ਸਮਾਨ ਦੀ ਢੋ ਢੁਆਈ ਇੱਕ ਕੋਰੀਡੋਰ ਹੈ ਜਿਹੜਾ ਬਣ ਰਿਹਾ ਸ਼੍ਰੀਲੰਕਾ ਬੰਗਲਾਦੇਸ਼ ਤੋਂ ਲੈ ਕੇ। ਇਹਦੇ ਵਿੱਚ ਜੇ ਦੇਖਿਆ ਜਾਵੇ, ਡਾਕਟਰ ਸਾਹਿਬ ਨਾਲ ਨਾਲ ਮੈਂ ਸਵਾਲ ਲੈ ਲਾਂ, ਅਤੇ ਅਮੀਰੀ ਦੀ ਰਫ਼ਤਾਰ ਜੋ ਵੱਧ ਰਹੀ ਹੈ, ਇਨਕਮ ਟੈਕਸ ਲੋਕ ਭਰਦੇ ਬਹੁਤ ਘੱਟ ਨੇ ਪਰ ਫਿਰ ਵੀ ਜਿੰਨਾ ਕੁ ਭਰਿਆ ਗਿਆ, ਇੱਕ ਸਾਲ ਦੇ ਵਿੱਚ 75,000 ਕਰੋੜਪਤੀ ਇੰਡੀਆ 'ਚ ਵਧੇ ਨੇ, 3 ਸਾਲ ਦੇ ਵਿੱਚ ਇਹ 13 ਗੁਣਾ ਵੱਧ ਗਏ ਨੇ, ਅਤੇ ਜਾਣੀ ਥੋੜ੍ਹੇ ਥੋੜ੍ਹੇ ਅਮੀਰ ਵੀ ਵੱਧ ਰਹੇ ਨੇ। ਪਰ ਦੂਸਰੇ ਪਾਸੇ ਆਮ ਗਰੀਬਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ ਦਿਵਾਲੀ, ਲਕਸ਼ਮੀ ਪੂਜਾ, ਪਰ ਲਕਸ਼ਮੀ ਹੈ ਕੋਈ ਨਹੀਂ, ਪੈਸਾ ਹੈ ਕੋਈ ਨਹੀਂ। 30% ਪਟਾਕਿਆਂ ਦਾ ਉਤਪਾਦਨ ਸ਼ਿਵਾਕਾਸੀ, ਜਿਹੜਾ ਕਿ 82% ਪਟਾਕੇ ਇੰਡੀਆ 'ਚ ਪੈਦਾ ਕਰਦਾ, 30% ਪਟਾਕੇ ਦਾ ਵਪਾਰ ਉੱਥੇ ਘੱਟ ਗਿਆ। ਹਾਲਾਂਕਿ ਮਰਗਤ 'ਤੇ ਵੀ ਪਟਾਕੇ ਨੇ, ਜਨਮ 'ਤੇ ਵੀ ਪਟਾਕੇ ਨੇ, ਕੋਈ ਵੀ ਤਿਉਹਾਰ ਪਟਾਕਿਆਂ ਤੋਂ ਬਿਨਾਂ ਨਹੀਂ ਹੈ ਇੰਡੀਆ 'ਚ, ਮੈਚ ਵੀ ਕੋਈ ਪਟਾਕਿਆਂ ਤੋਂ ਬਿਨਾਂ ਨਹੀਂ ਹੈ। ਇਹ ਵੀ ਇੱਕ ਖੁਸ਼ੀ ਦੇ ਇਜ਼ਹਾਰ ਕਰਨ ਦਾ ਤਰੀਕਾ, ਜਿਹੜੀ ਲੋਕਾਂ 'ਚ ਖੁਸ਼ੀ ਨਹੀਂ ਉਸ ਦਾ ਅੰਦਾਜ਼ਾ ਸ਼ਿਵਾਕਾਸੀ ਦੇ ਮੁਰਗੇ ਬੰਬਾਂ ਤੋਂ ਲੱਗਦਾ ਹੈ ਕਿ 15% ਔਰਡਰ ਘੱਟ ਨੇ ਅਤੇ 30% ਉਤਪਾਦਨ ਘੱਟ ਹੈ। ਇਸ ਸਿਲਸਿਲੇ ਵਿੱਚ ਜੇ ਦੇਖਿਆ ਜਾਵੇ, ਕਿਸਾਨ ਸੜਕਾਂ 'ਤੇ ਨੇ ਲਗਾਤਾਰ, ਜਾਮ ਕਿਸਾਨ ਲਾ ਰਹੇ ਨੇ, ਅੱਜ ਵੀ ਜਾਮ ਲੱਗਿਆ ਹੋਇਆ, ਕੱਲ੍ਹ ਵੀ 150 ਥਾਵਾਂ 'ਤੇ ਜਾਮ ਸੀ, ਪਰਸੋਂ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਹੁਤ ਵੱਡਾ ਜਾਮ ਸੀ, ਕੱਲ੍ਹ ਗੈਰ ਰਾਜਨੀਤਿਕ ਵੱਲੋਂ ਜਾਮ ਸੀਗਾ, ਅਤੇ ਪੱਕੇ ਧਰਨੇ ਜਿਹੜੇ ਨੇ ਲੱਗੇ ਹੋਏ ਨੇ। ਇਸ ਦੌਰਾਨ ਕੀ ਅਸਰ ਵੇਖਦੇ ਹੋ, ਕਿਉਂਕਿ ਕਿਸਾਨ ਅੰਦੋਲਨ ਦਾ ਮੁੜ ਕੇ ਉੱਭਰਨਾ ਭਾਰਤ ਸਰਕਾਰ ਲਈ ਸਮੱਸਿਆ, ਇਸ ਨੂੰ ਠੱਲਣ ਲਈ ਜਾਂ ਤਾਂ ਅਰਬਨ ਨਕਸਲ ਇਹਨਾਂ ਨੂੰ ਕਹਿ ਕੇ ਭੰਡਿਆ ਜਾਏਗਾ, ਕਾਮਰੇਡ ਜਾਂ ਖਾਲਿਸਤਾਨੀ ਬਣਾ ਕੇ ਭੰਡਿਆ ਜਾਏਗਾ, ਦੋ ਹੀ ਰਸਤੇ ਨੇ ਇੰਡੀਆ ਗੌਰਮੈਂਟ ਕੋਲ ਇਸ ਅੰਦੋਲਨ ਨੂੰ ਬਦਨਾਮ ਕਰਨ ਦੇ। ਪਰ ਉੱਧਰ ਅਮੈਰੀਕਾ ਨੇ, ਜਿਵੇਂ ਅਮੈਰੀਕਾ ਦੀ ਸੰਸਦ ਦੇ ਵਿੱਚ ਪ੍ਰਿਤਪਾਲ ਸਿੰਘ ਹੋਰਾਂ ਨੇ ਮਤਾ ਪਾਸ ਕੀਤਾ 1984 ਦਾ, ਉਹ ਕਾਲਾ ਦਿਨ ਫਿਰ ਆਉਣ ਵਾਲੇ ਨੇ, ਜਿਸ ਦੌਰਾਨ ਕਿ ਇਸ ਨੂੰ ਨਸਲਕੁਸ਼ੀ ਦੇ ਵਜੋਂ ਮਾਨਤਾ ਮਿਲੇ, ਇਹ ਮਤਾ ਪੇਸ਼ ਕੀਤਾ ਗਿਆ। ਇਹ ਜਿਹੜਾ ਉਭਾਰ ਇਸ ਤਰ੍ਹਾਂ ਦਾ ਉੱਠਣਾ, ਕੀ ਇਹ ਅੰਦੋਲਨ ਨੂੰ ਇੱਕ ਡੱਕਣ ਦਾ ਜ਼ਰੀਆ ਆ? ਆਮ ਲੋਕਾਂ ਦਾ ਦਿਵਾਲੀ ਨਹੀਂ, ਦਿਵਾਲਾ ਨਿਕਲਿਆ ਪਿਆ, ਕੀ ਵੇਖਦੇ ਹੋ ਇਹ ਬ੍ਰਿਕਸ ਦੇ ਸੰਦਰਭ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ? ਜੀ, ਪਹਿਲੀ ਗੱਲ ਤਾਂ ਜਿਹੜਾ ਤੁਸੀਂ ਕੀਤਾ ਉਹਦੇ ਵਿੱਚ, ਕਿਉਂਕਿ ਬ੍ਰਿਕਸ ਜਿਹੜੀ ਹੈਗੀ, ਜਿਹੜੀ ਜਿਹੜੀ ਆਰਗੇਨਾਈਜੇਸ਼ਨ ਹੁੰਦੀ ਆ, ਇਹਦੇ ਵਿੱਚ ਸਟੇਟ ਜਿਹੜੇ ਉਹ ਸੋਵਰਨ ਹੁੰਦੇ ਆ,
ਮਿਊਚੁਅਲ ਇੰਟਰਸਟ ਹੁੰਦਾ ਉਹਦੇ ਵਿੱਚੋਂ ਤੇ ਰੈਸੀਪ੍ਰੋਸਿਟੀ ਦੇ ਉੱਤੇ ਬੇਸਡ ਹੁੰਦੇ ਆ। ਇਸ ਕਰਕੇ ਚਾਹੇ ਇੰਡੀਆ ਹੈ, ਚਾਈਨਾ ਹੈ ਜਾਂ ਕੋਈ ਵੀ ਦੇਸ਼ ਹੈਗਾ ਵਾ, ਉਹਨਾਂ ਨੇ ਇੱਕ ਕੰਸੈਂਸਸ ਬੇਸਡ ਜਿਹੜਾ ਹੈਗਾ ਉਹ ਕੋਈ ਇਸ਼ੂ ਦੇ ਉੱਤੇ ਉਹਨਾਂ ਨੇ ਸਹਿਮਤੀ ਪ੍ਰਗਟ ਕਰਨੀ ਹੁੰਦੀ ਆ। ਫਾਰ ਐਗਜ਼ਾਮਪਲ ਇੰਡੀਆ ਦਾ ਇਹੀ ਜ਼ਿਆਦਾਤਰ ਜ਼ੋਰ ਰਹੂਗਾ ਕਿ ਟੈਰੋਰਿਜ਼ਮ ਜਿਹੜਾ ਹੈਗਾ ਉਹ ਅੱਜ ਕੱਲ੍ਹ ਇੰਡੀਆ ਦੀ ਫੋਰਨ ਪੋਲਿਸੀ ਦੇ ਵਿੱਚ ਜਾਂ ਇੰਡੀਆ ਦੀ ਡਿਪਲੋਮੈਸੀ ਦੇ ਵਿੱਚ ਬਹੁਤ ਵੱਡਾ ਉਹਨਾਂ ਨੇ ਉਹਨੂੰ ਹਥਿਆਰ ਬਣਾ ਕੇ ਉਹਨੂੰ ਜਿਹੜਾ ਹੈਗਾ ਉਹ ਪੇਸ਼ ਕਰਦੇ ਆ। ਭਾਵੇਂ ਕਿ ਉਹ ਕਿਹੜੇ ਸਟੇਟ ਦੀ ਗੱਲ ਕਰਦੇ, ਉਹ ਸਟੇਟ ਟੈਰੋਰਿਜ਼ਮ ਦੀ ਗੱਲ ਨਹੀਂ ਕਰਦੇ, ਉਹ ਨੋਨ ਸਟੇਟ ਐਕਟਰ ਟੈਰੋਰਿਜ਼ਮ ਦੀ ਗੱਲ ਕਰਦੇ ਆ। ਜੇ ਤੁਸੀਂ ਖਾਲਿਸਤਾਨੀਆਂ ਦੀ ਗੱਲ ਕਰ ਲਓ, ਤੁਸੀਂ ਅਰਬਨ ਨਕਸਲ ਦੀ ਗੱਲ ਕਰ ਲਓ, ਤੁਸੀਂ ਜਿਹੜੇ ਹੋਰ ਇੱਦਾਂ ਦੇ ਨੋਨ ਸਟੇਟ ਐਕਟਰ ਵਾ ਉਹਨਾਂ ਦੀ ਤੁਸੀਂ ਉਸ ਤਰੀਕੇ ਨਾਲ ਗੱਲ ਕਰ ਲਓ। ਪਰ ਇਹਦਾ ਮੋਟਾ ਬ੍ਰਿਕਸ ਦਾ ਹੈਗਾ ਫੋਕਸ ਜਿਹੜਾ ਵਾ ਉਹ ਇਕਨੋਮਿਕ ਕੋਆਪਰੇਸ਼ਨ ਹੈਗੀ ਆ। ਥੋੜ੍ਹੀ ਬਹੁਤੀ ਕਲਚਰਲ ਸਕਦੀ ਆ, ਥੋੜ੍ਹਾ ਬਹੁਤਾ ਐਕਸਚੇਂਜ ਹੋ ਸਕਦਾ ਵਾ ਉੱਥੇ ਜਾਣ ਵਾਸਤੇ, ਪਰ ਜ਼ਿਆਦਾ ਫੋਕਸ ਜਿਹੜਾ ਹੈਗਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਜਿਹੜੀ ਇਕਨੋਮਿਕ ਜਿਹੜੀ ਜਿਹੜੀ ਹੈ ਜਿਹੜੀ ਹੈਗੀ ਟ੍ਰੇਡ ਵਾ ਉਹਨੂੰ ਵਧਾਇਆ ਜਾ ਸਕੇ, ਕਿਉਂਕਿ ਹਰ ਸਟੇਟ ਦਾ ਆਪਣਾ ਆਪਣਾ ਐਡਵਾਂਟੇਜ ਹੈਗਾ। ਇੰਡੀਆ ਇੱਕ ਬਹੁਤ ਵੱਡੀ ਮਾਰਕੀਟ ਹੈ, ਤੇਲ ਦੀ ਮਾਰਕੀਟ ਵੀ ਹੈ, ਬ੍ਰਾਜ਼ੀਲ ਦੇ ਕੋਲ ਤੇਲ ਹੈਗਾ, ਹੋਰ ਜਿਹੜੀਆਂ ਫੂਡ ਜਿਹੜੀਆਂ ਸਟੱਫਸ ਹੈਗੇ ਆ। ਚਾਈਨਾ ਇੱਕ ਸਟੇਟ ਦੀ ਬਹੁਤ ਤਕੜੀ ਜਿਹੜੀ ਇਸ ਵੇਲੇ ਤੁਸੀਂ ਕਹਿ ਦਈਏ ਵੀ ਇਹ ਸਟੋਰ ਹਾਊਸ ਹੈਗਾ ਵਾ। ਰਸ਼ੀਆ ਦਾ ਟੈਪ ਜਿਹੜਾ ਹੈਗਾ ਰਿਸੋਰਸਿਸ ਬਹੁਤ ਆ, ਉਹਦੇ ਕੋਲ ਤੇਲ ਬਹੁਤ ਹੈਗਾ ਵਾ, ਰਸ਼ੀਆ ਕੋਲ ਟੈਕਨੋਲੋਜੀ ਜਿਹੜੀ ਉਸ ਤਰੀਕੇ ਨਾਲ ਹੈਗੀ ਆ, ਰਸ਼ੀਆ ਅਜੇ ਵੀ ਆਪਣੇ ਆਪ ਦੇ ਬਹੁਤ ਵੱਡੀ ਹੈਗੀ ਆ। ਇਸੇ ਤਰੀਕੇ ਨਾਲ ਸਾਊਥ ਅਫਰੀਕਾ ਵੀ ਹੈਗਾ, ਉਹਦੀ ਐਮਰਜਿੰਗ ਇੱਕ ਕਹਿ ਦਈਏ ਕਿ ਇਕੋਨਮੀ ਦੇ ਤੌਰ ਦੇ ਉੱਤੇ, ਅਜੇ ਹੋਰ ਦੇਸ਼ ਵੀ ਆਉਂਦੇ ਆ। ਤੇ ਕੋਆਰਡੀਨੇਸ਼ਨ ਦਾ ਜਿਹੜਾ ਹੈਗਾ ਵਾ ਉਹ ਜਿਹੜਾ ਉਹ ਬਹੁਤ ਜ਼ਿਆਦਾ ਇਹ ਉਹਦਾ ਘੇਰਾ ਵਿਸ਼ਾਲ ਹੋ ਜਾਂਦਾ ਉਹਦੇ ਵਿੱਚੋਂ, ਕਿਉਂਕਿ ਜਦੋਂ ਇਹਨਾਂ ਦੇ ਵਿੱਚ ਕੋਈ ਐਗਰੀਮੈਂਟ ਹੁੰਦਾ ਵਾ ਤੇ ਫਿਰ ਜਿਹੜੀਆਂ ਉਹਦੀਆਂ ਇੰਪੋਰਟ ਤੇ ਐਕਸਪੋਰਟ ਡਿਊਟੀ ਦੇ ਉੱਤੇ ਜਿਹੜਾ ਵਾ ਉਹ ਤੁਹਾਡਾ ਸਮਝੌਤਾ ਹੋ ਜਾਂਦਾ ਵਾ, ਤੇ ਉਹਦੇ ਵਿੱਚ ਫ੍ਰੀ ਜਿਹੜਾ ਫਲੋ ਹੁੰਦਾ ਵਾ ਇੰਡੀਵਿਜੁਅਲ ਦਾ ਵੀ ਹੋ ਜਾਂਦਾ, ਟ੍ਰੇਡ ਦਾ ਵੀ, ਇਸ ਕਿਸਮ ਦੀ ਪੋਸੀਬਿਲਿਟੀ ਉਹ ਸਾਰੀ ਉਹਦੇ ਵਿੱਚੋਂ ਇਵੋਲਵ ਹੋ ਜਾਂਦੀ, ਚੰਗੀ ਚੀਜ਼ ਹੈਗੀ ਆ। ਕਿਉਂਕਿ ਜੋ ਜ਼ਿਆਦੀਆਂ ਇਹੋ ਜਿਹੀਆਂ ਔਰਗਨਾਈਜੇਸ਼ਨਸ ਹੋਣਗੀਆਂ ਉਹ ਕੋਈ ਵੀ ਮਸਲਾ ਜਿਹੜਾ ਹੈਗਾ ਵਾ ਉਹਨੂੰ ਪੀਸਫੁਲ ਤਰੀਕੇ ਦੇ ਨਾਲ ਜਿਹੜਾ ਉਹਨੂੰ ਰਿਜ਼ੋਲਵ ਕਰਨ ਦੀ ਉਹਦੇ ਵਿੱਚ ਉਹ ਕੋਸ਼ਿਸ਼ ਕਰਨਗੇ। ਇਸੇ ਕਰਕੇ ਲੱਗਦਾ ਕਿ ਆਉਣ ਵਾਲੇ ਸਮੇਂ ਤੁਸੀਂ ਦੇਖਿਆ ਹੋਣਾ ਕਿ ਹਿੰਦੁਸਤਾਨ ਦੇ ਜਿਹੜੇ ਫੋਰਨ ਮਿਨਿਸਟਰ ਸੀਗੇ ਉਹ ਪਾਕਿਸਤਾਨ ਦੇ ਵਿੱਚ ਗਏ 9-10 ਸਾਲਾਂ ਬਾਅਦ, ਔਰ ਸਟੇਟਮੈਂਟ ਵੀ ਉੱਥੇ ਠੀਕ ਠਾਕ ਪੋਜ਼ਿਟਿਵ ਸੀਗੀ, ਜਿਹੜਾ ਪਾਕਿਸਤਾਨ ਦੇ ਜਿਹੜੇ ਜੈਸਟਿਸ ਸੀ ਉਹ ਵੀ ਕਾਫੀ ਪੋਜ਼ਿਟਿਵ ਸੀਗੀ। ਇਹ ਟਰੈਕ ਟੂ ਡਿਪਲੋਮੇਸੀ ਹੁੰਦੀ ਆ, ਉਹ ਜਿਹੜੀ ਸ਼ਾਇਦ ਸਾਨੂੰ ਨਹੀਂ ਪਤਾ ਚੱਲਦਾ, ਉਹ ਟਰੈਕ ਟੂ ਡਿਪਲੋਮੇਸੀ ਇਹ ਹੁੰਦੀ ਆ ਕਿ ਜਿਹੜਾ ਪਰਦੇ ਦੇ ਪਿੱਛੇ ਜਿਹੜਾ ਇਹ ਸਾਰਾ ਸਟੇਟਾਂ ਦਾ ਜਾਂ ਸਰਕਾਰਾਂ ਦਾ ਆਪਸੀ ਜਿਹੜਾ ਸਾਰਾ ਗੱਲਬਾਤ ਚੱਲਦੀ ਆ, ਜਿਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਪਾਕਿਸਤਾਨ ਨੇ ਹਿੰਟ ਦਿੱਤਾ ਸੀਗਾ ਕਿ ਦੋਵਾਂ ਦੇਸ਼ਾਂ 'ਚ ਟ੍ਰੇਡ ਵਧਣਾ ਚਾਹੀਦਾ ਵਾ। ਇਹ ਹਿੰਟ ਉਦੋਂ ਹੀ ਆਉਂਦੇ ਹੁੰਦੇ ਆ ਜਦੋਂ ਕੋਈ ਨਾ ਕੋਈ ਜਿਹੜੀ ਬੈਕਗਰਾਉਂਡ ਜਿਹੜੀ ਆ ਉਸ ਤਰੀਕੇ ਨਾਲ ਤਿਆਰ ਹੋਈ ਹੁੰਦੀ ਆ। ਤੁਸੀਂ ਹੁਣ ਹੀ ਦੇਖੋ ਕਿ ਇੰਡੀਆ ਅਤੇ ਚਾਈਨਾ ਦੇ ਵਿੱਚ ਜਿਹੜੀ ਆਪਣੀ ਲਾਈਨ ਆਫ ਐਕਚੁਅਲ ਕੰਟਰੋਲ ਹੈਗੀ ਅਰੁਣਾਚਲ ਪ੍ਰਦੇਸ਼ ਦੇ ਉੱਤੇ, ਉਹਦੇ ਵਿੱਚ ਵੀ ਕੋਈ ਫੰਕਸ਼ਨਲ ਜਿਹੜੀ ਹੈਗੀ ਆ ਉਹ ਸਮਝੌਤਾ ਹੋਇਆ ਹੋਇਆ ਜਿਹੜੀ ਪੈਟਰੋਲਿੰਗ ਹੈਗੀ, ਇਹ ਸਾਰਾ ਉਸ ਲਾਰਜਰ ਜਿਹੜਾ ਹੁੰਦਾ ਨਾ ਆਪਣਾ ਪੈਕੇਜ ਦਾ ਉਹਦਾ ਸਾਰਾ ਇਹ ਹਿੱਸਾ ਹੀ ਹੁੰਦਾ ਵਾ। ਦੂਸਰੀ ਗੱਲ ਤੁਸੀਂ ਸ਼ਿਵਾਕਾਸੀ ਦੀ ਕੀਤੀ, ਮੈਨੂੰ ਲੱਗਦਾ ਵੀ ਉਹ ਤਾਂ ਬਹੁਤ ਚੰਗੀ ਗੱਲ ਆ। ਜ਼ਰੂਰੀ ਨਹੀਂ ਕਿ ਲੋਕਾਂ ਕੋਲ ਪੈਸੇ ਨਾ ਹੋਣ, ਪਹਿਲਾਂ ਵੀ ਪੈਸੇ ਨਹੀਂ ਹੁੰਦੇ ਲੋਕੀ, ਹੌਲੀ ਹੌਲੀ ਮੈਨੂੰ ਲੱਗਦਾ ਕਿ ਇਨਵਾਇਰਮੈਂਟ ਪ੍ਰਤੀ ਥੋੜ੍ਹੀ ਬਹੁਤੀ ਜਿਹੜੀ ਹੈਗੀ ਆ ਉਹ ਠੀਕ ਆ, ਦੂਸਰਾ ਪਾਸਾ ਵੀ ਹੈਗਾ, ਪਰ ਇਨਵਾਇਰਮੈਂਟ ਪ੍ਰਤੀ ਥੋੜ੍ਹਾ ਜਿਹਾ ਅਵੇਅਰਨੈਸ ਜਿਹੜੀ ਆ ਉਹ ਅਵੇਕਨਿੰਗ ਜਿਹੜੀ ਵਧੀ ਆ, ਵੀ ਇਹ ਖਾਸ ਕਰਕੇ ਜਿਹੜਾ ਇਸ ਕਿਸਮ ਦਾ ਇਹ ਸੈਲੀਬ੍ਰੇਸ਼ਨ ਹੈਗੀ ਆ। ਸੈਲੀਬ੍ਰੇਸ਼ਨ ਠੀਕ ਆ ਆਪਣੇ ਥਾਂ 'ਤੇ, ਦਿਵਾਲੀ ਬਹੁਤ ਠੀਕ ਹੈਗੀ, ਹੋਰ ਤਿਉਹਾਰ ਠੀਕ ਆ, ਪਰ ਇਹਦੇ ਨਾਲ ਅਸੀਂ ਨਾਲ ਪੈਰਲਲ ਜਿਹੜਾ ਇੱਕ ਬਹੁਤ ਸਾਰੀ ਇੱਕ ਹੋਰ ਨਵੇਂ ਇਸ਼ੂ ਖੜੇ ਕਰਦੇ ਹਾਂ, ਖਾਸ ਕਰਕੇ ਇਨਵਾਇਰਮੈਂਟ ਦਾ ਮੁੱਦਾ ਜਿਹੜਾ ਬਹੁਤ ਵੱਡਾ ਹੈਗਾ, ਕਿੰਨਾ ਪੋਲਿਊਸ਼ਨ ਵੱਧ ਜਾਂਦਾ ਉਹਦੇ ਨਾਲ, ਕਿੰਨਾ ਸਿਹਤ 'ਤੇ ਅਸਰ ਪੈਂਦਾ। ਦੂਸਰੀ ਗੱਲ ਆ ਕਿ ਸਕੂਲਾਂ ਦੇ ਵਿੱਚ ਜਾਂ ਯੰਗ ਪੀੜ੍ਹੀ ਜਿਹੜੀ ਹੈਗੀ ਆ ਉਹ ਥੋੜ੍ਹੀ ਜਿਹੀ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਨਹੀਂ ਹੋਣਾ ਚਾਹੀਦਾ, ਫਰਕ ਪੈ ਰਿਹਾ, ਤਾਂ ਜੇ ਉਹ 15% ਜਾਂ 20% ਜਾਂ 30% ਘੱਟ ਹੁੰਦੀ ਹੈ ਤਾਂ ਮੈਨੂੰ ਲੱਗਦਾ ਵੀ ਇਹ ਤਾਂ ਬਹੁਤ ਪੋਜ਼ਿਟਿਵ ਚੀਜ਼ ਆ, ਇਹ ਹੋਣੀ ਚਾਹੀਦੀ ਆ। ਹੌਲੀ ਹੌਲੀ ਜੇ 5-10% 'ਤੇ ਵੀ ਹੋਣੀ ਚਾਹੀਦੀ ਆ। ਪਟਾਕੇ ਤੁਸੀਂ ਟੋਕਨ ਦੇ ਤੌਰ 'ਤੇ ਵੀ ਤੁਸੀਂ ਉਹਨੂੰ ਸੈਲੀਬ੍ਰੇਟ ਕਰ ਸਕਦੇ ਜੋ, ਅਤੇ ਤੁਸੀਂ ਬਹੁਤ ਸਾਰਾ ਗਾਹ ਪਾ ਕੇ ਜਿਹੜਾ ਹੈਗਾ ਵਾ ਬਹੁਤ ਸਾਰਾ ਪੋਲਿਊਸ਼ਨ ਕਰਕੇ, ਉਹ ਵੀ ਇੱਕ ਕਿਸਮ ਦਾ ਉਹ ਸੈਲੀਬ੍ਰੇਸ਼ਨ ਨਹੀਂ ਹੁੰਦੀ ਰਾਦਰ, ਉਹ ਤਾਂ ਤੁਸੀਂ ਜਿਹੜਾ ਹੁੰਦਾ ਇੱਕ ਕਿਸਮ ਦਾ ਉਹਨੂੰ ਕਹਿ ਦਈਏ ਵੀ ਉਹਦਾ ਨੁਕਸਾਨ ਕਰਨ ਵਾਲੀ ਗੱਲ ਹੁੰਦੀ ਉਹਦੇ ਵਿੱਚੋਂ ਜਿਹੜਾ ਸਾਰਾ ਉਹ ਚੱਲ ਜੀ। ਪੁੱਛਰੀ ਤੁਸੀਂ ਅਮੈਰੀਕਾ ਦੀ ਗੱਲ ਕੀਤੀ, ਇਹਦੇ ਵਿੱਚ ਕਰਕੇ ਉਹ ਕੀ ਕਰਦੇ ਆ, ਉੱਥੇ ਲੈ ਕੇ ਜਾਂਦੇ ਉਹ ਮੁੱਦਾ ਤਾਂ ਉਠਾਉਂਦਾ ਹੀ ਆ, ਹਰ ਵੇਲੇ ਮੁੱਦਾ ਉੱਠਦਾ ਰਹਿੰਦਾ ਵਾ, ਕਦੀ ਇਹ ਗਰਮ ਹੋ ਜਾਂਦਾ, 2 ਸਟੈਪ ਅੱਗੇ ਜਾਂਦਾ ਫਿਰ ਪਿਛਲੇ ਪਾਸੇ ਆ ਜਾਂਦਾ ਵਾ, ਕਿਉਂਕਿ ਖਾਸ ਕਰਕੇ ਜਦੋਂ ਵੀ ਜੂਨ ਆਉਂਦਾ ਵਾ ਉਸ ਸਮੇਂ ਦੇ ਵਿੱਚ ਵੀ ਗੱਲਾਂ ਹੁੰਦੀਆਂ ਵਾ, ਨਵੰਬਰ ਉਦੋਂ ਵੀ ਹੁੰਦੀਆਂ ਵਾ, ਅਤੇ ਮੈਨੂੰ ਲੱਗਦਾ ਵੀ ਇਹਦਾ ਠੀਕ ਆ ਕਿ ਉਹ ਬਹੁਤ ਵੱਡੀਆਂ ਚੀਜ਼ਾਂ ਸੀਗੀਆਂ, ਇਹ ਬਹੁਤ ਵੱਡਾ ਨੁਕਸਾਨ ਹੋਇਆ ਸੀਗਾ, ਪਰ ਜਿਹੜੀ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਇਸ ਵੇਲੇ ਉਹਦਾ ਕਿੰਨਾ ਕੁ ਸੰਬੰਧ ਹੋ ਜਾਂਦਾ, ਜਾਂ ਜਿਹੜੇ ਲੋਕ ਪੰਜਾਬ 'ਚ ਬੈਠੇ ਆ ਉਹਨਾਂ ਦਾ, ਜਾਣੇ ਅਮਰੀਕਾ ਕੈਨੇਡਾ 'ਚ ਬੈਠੇ ਆ ਉਹ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਆ, ਮੈਨੂੰ ਲੱਗਦਾ ਕਿ ਦੋਵਾਂ ਦੇ ਨਜ਼ਰੀਏ ਦੇ ਵਿੱਚ ਕਾਫੀ ਵੱਡਾ ਫਰਕ ਹੈਗਾ ਜੀ।
ਜਿਹੜੇ ਲੋਕ ਇੱਥੇ ਬੈਠੇ ਆ ਉਹਨਾਂ ਦਾ ਪਰਸਪੈਕਟਿਵ ਜਿਹੜਾ ਜਾਂ ਉਹਨਾਂ ਦੀ ਅੰਡਰਸਟੈਂਡਿੰਗ ਆ ਜਾਂ ਉਹਨਾਂ ਦਾ ਜੋ ਵੀ ਕਹਿ ਲਈਏ ਉਹ ਇੱਕ ਡਿਫਰੈਂਟ ਕੰਟੈਕਸਟ ਦੇ ਵਿੱਚ ਆ। ਜਿਹੜਾ ਭਾਈਚਾਰਾ ਇੱਥੇ ਬੈਠਾ, ਹਾਂ ਧਿਰਾਂ ਸਾਰੀਆਂ ਹੁੰਦੀਆਂ ਵਾ, ਪਰ ਉਹਦੇ ਨਾਲ ਨਾਲ ਇਹ ਹੈਗਾ ਕਿ ਇੱਥੇ ਲੋਕਾਂ ਦੇ ਮਸਲੇ ਹੋਰ ਕਈ ਕਿਸਮ ਦੇ ਹੈਗੇ ਆ। ਜੀ ਤੁਸੀਂ ਦੇਖੋ ਬਹੁਤ ਵੱਡਾ ਇੰਸਟੈਂਸ ਹੋਇਆ 84 ਦੇ ਵਿੱਚ ਹੋਇਆ ਸੀਗਾ, 84 ਤੋਂ ਬਾਅਦ ਤੁਸੀਂ ਦੇਖਿਆ ਕਿ 85 ਦੇ ਵਿੱਚ ਫਿਰ ਐਗਰੀਮੈਂਟ ਵੀ ਹੋਇਆ ਸੀ, 85 ਦੇ ਵਿੱਚ ਇਲੈਕਸ਼ਨ ਹੋਈਆਂ ਸੀ ਪੰਜਾਬ ਦੇ ਵਿੱਚ, ਕਿੰਨੀਆਂ ਪੀਸਫੁਲ ਇਲੈਕਸ਼ਨ ਸੀਗੀਆਂ। 85 86 ਠੀਕ ਰਿਹਾ ਸੀ, ਫਿਰ ਜਦੋਂ ਸਮਝੌਤਾ ਲਾਗੂ ਨਹੀਂ ਹੋਇਆ 87 ਦੇ ਵਿੱਚ, ਫਿਰ ਜਾ ਕੇ ਹਾਲਾਤ ਵਿਗੜਨੇ ਸ਼ੁਰੂ ਹੋਏ ਸੀਗੇ, ਜੀ ਬਣੇ ਤੱਕ ਗਏ ਸੀਗੇ। 97 ਤੋਂ ਬਾਅਦ ਆਣ ਕੇ ਫਿਰ ਨੋਰਮਲ ਹੋ ਗਿਆ। ਜਿਸ ਕਾਂਗਰਸ ਨੂੰ ਅਸੀਂ ਕਹਿੰਦੇ ਹਾਂ ਵੀ ਉਹ ਜ਼ਿੰਮੇਵਾਰ ਸੀ, ਉਹ ਕਾਂਗਰਸ ਨੇ ਪੰਜਾਬ ਦੇ ਵਿੱਚ 3 ਵਾਰੀ ਬਰਾਬਰ ਦੀ ਇਲੈਕਸ਼ਨ ਜਿਹੜੀ ਉਹ ਜਿੱਤ ਲਈ, ਲੋਕਾਂ ਨੇ ਵੋਟਾਂ ਪਾਈਆਂ। ਜੀ ਦਿੱਲੀ ਜਿੱਥੇ ਹੋਇਆ ਸੀ ਉੱਥੇ ਸ਼ੀਲਾ ਦੀਕਸ਼ਤ ਜਿਹੜੀ ਹੈਗੀ ਸੀਗੀ, 3 ਵਾਰੀ ਮੁੱਖ ਮੰਤਰੀ ਉਹ ਬਣ ਗਈ ਉਹਦੇ ਵਿੱਚੋਂ ਆਣ ਕੇ। ਇਹ ਗੱਲਾਂ ਤਾਂ ਹੋ ਜਾਂਦੀਆਂ ਇਸ ਤਰੀਕੇ ਦੇ ਨਾਲ, ਪਰ ਜਿਹਨੂੰ ਤੁਸੀਂ ਰਾਜਨੀਤੀ ਨਾਲ ਜੋੜਦੇ ਨੇ ਵੀ ਰਾਜਨੀਤੀ ਤੇ ਬਹੁਤ ਵੱਡਾ ਅਸਰ ਪਊਗਾ। ਮੈਨੂੰ ਲੱਗਦਾ ਇੱਥੇ ਜਿਹੜੇ ਲੋਕ ਜਿਹੜੇ ਬੈਠੇ ਹੁੰਦੇ ਆ ਉਹਨਾਂ ਦੇ ਮਸਲੇ ਹੋਰ ਆ, ਕਿਉਂਕਿ ਅਸੀਂ ਬਾਰ ਬਾਰ ਲੋਕਾਂ ਨੂੰ ਇਹ ਸਵਾਲ ਪੁੱਛਦੇ ਹੁੰਦੇ ਸੀ, ਇਹਦਾ ਅਸਰ ਜਿਹੜਾ ਇਹ ਪਰਸਨਲ ਹੋ ਜਾਂਦਾ। ਹੁਣ ਅਸੀਂ ਡਿਸਟਿੰਕਟ ਕਰਦੇ ਹਾਂ ਕਿ ਕਿਹੜਾ ਜਿਹੜਾ ਹੈਗਾ ਉਹ ਜਿਹੜੀ ਜੋ ਵੀ ਘਟਨਾ ਵਾਪਰੀ ਆ ਉਹ ਤੁਹਾਡੀ ਸੋਚ ਤੇ ਕਿੰਨਾ ਅਸਰ ਪੈ ਰਿਹਾ, ਜੀ ਤੁਹਾਡੀ ਜਿਹੜੀ ਹੈਗੀ ਨਵੀਂ ਪੀੜ੍ਹੀ ਜਿਹੜੀ ਹੈਗੀ ਉਹਨੂੰ ਉਹ ਕਿਸ ਤਰੀਕੇ ਦੇ ਨਾਲ ਲੈਂਦੀ ਆ। ਬਾਕੀ ਰਾਜਨੀਤੀ ਤਾਂ ਸਾਰੇ ਹੁੰਦੇ ਆ ਵੀ ਉਹਨਾਂ ਨੇ, ਕਿਉਂਕਿ ਜਿਹੜੇ ਇੱਥੋਂ ਦਾ ਲੋਕ ਹੈਗੇ ਆ, ਇੱਥੋਂ ਦੇ ਜਿਹੜੇ ਸਿੱਖ ਹੈਗੇ ਆ, ਉਹਨਾਂ ਦਾ ਆਪਣਾ ਪਰਸਪੈਕਟਿਵ ਹੈਗਾ। ਹੁਣ ਖਾਲਿਸਤਾਨ ਜੇ ਤੁਸੀਂ ਇੱਥੇ ਆਉਂਦੇ ਜੋ ਤੁਹਾਨੂੰ ਲੱਗੇਗਾ ਵੀ ਪਤਾ ਨਹੀਂ ਵੱਡਾ ਮੁੱਦਾ ਹੈਗਾ, ਤੁਸੀਂ ਇੱਥੇ ਇੰਡੀਆ 'ਚ ਰਹਿੰਦੇ ਜੋ, ਮੈਂ ਵੀ ਇੱਥੋਂ ਗਿਆ ਵਾਂ, ਕਦੀ ਸੁਣਿਆ ਇੱਥੇ ਕਰਕੇ ਵੀ ਬਿਲਕੁਲ ਜਿਹੜਾ ਜਿਹੜਾ ਕੋਈ ਨਾਂ ਸੁਣਦੀ ਉਹਦੇ ਵਿੱਚੋਂ ਜਾਂ ਜਿਹੜਾ ਕੋਈ ਇੱਦਾਂ ਦੀ ਗੱਲ ਕਰਦਾ ਵਾ, ਲੋਕ ਕਿੰਨਾ ਕੁ ਉਹਨੂੰ ਰਿਸਪੋਂਡ ਕਰਦੇ ਆ। ਤੋ ਇਸ ਕਰਕੇ ਜਿਹੜੀ ਰਿਐਲਿਟੀ ਹੁੰਦੀ ਆ ਉਹ ਆਪਣੇ ਤੋਂ ਹੁੰਦੀ ਆ, ਜਾਂ ਜਿਹੜਾ ਇਸ ਕਿਸਮ ਦਾ ਵਰਤਾਰਾ ਹੁੰਦਾ ਉਹ ਆਪਣੇ ਥਾਂ ਤੇ ਹੁੰਦਾ ਵਾ। ਤੋ ਇਸ ਕਰਕੇ ਉੱਥੇ ਪਾਸ ਕਰ ਦਿੰਦੇ ਆ ਕਿ ਉਹਨੂੰ ਸੈਨੇਟ ਸਿੰਡੀਕੇਟ ਪਾਸ ਸੈਨੇਟ ਪਾਸ ਕਰ ਦਿੰਦੀ ਆ, ਉਹਦੇ ਨਾਲ ਕੀ ਫਰਕ ਪਊਗਾ, ਕੀ ਉਹਦੇ ਨਾਲ ਉਹ ਮਸਲਾ ਹੱਲ ਹੋ ਜਾਊਗਾ। ਮੈਨੂੰ ਲੱਗਦਾ ਕਿ ਇਹਨਾਂ ਇਹ ਸਾਰੇ ਇਹ ਸਰਕਾਰਾਂ ਨੂੰ ਵੀ ਚੀਜ਼ਾਂ ਬਹੁਤ ਸੂਟ ਕਰਦੀਆਂ। ਇੱਦਾਂ ਮਸਲੇ ਆਉਂਦੇ ਟਵਾਣਾ ਸਾਹਿਬ ਜਿਹੜੇ ਲੋਕਾਂ ਦੇ ਮਸਲੇ ਹੁੰਦੇ ਨਾ, ਅਸਲੀ ਮਸਲੇ ਜਿਹੜੇ ਪੰਜਾਬ ਦੇ ਮਸਲੇ ਆ। ਤੁਸੀਂ ਕਿਸਾਨਾਂ ਦੀ ਗੱਲ ਕੀਤੀ, ਤੁਸੀਂ ਕਿਸਾਨੀ ਦੀ ਗੱਲ ਕਰਦੀ, ਕਿਸਾਨਾਂ ਨੂੰ ਛੱਡ ਦਿਓ ਤੁਸੀਂ, ਕਿਸਾਨੀ ਸਾਡੀ ਢਾਂਚਾਗਤ ਸਮੱਸਿਆ ਦੇ ਵਿੱਚ ਹੈ, ਸਾਡੀ ਜਵਾਨੀ ਢਾਂਚਾਗਤ ਸਮੱਸਿਆ ਦੇ ਵਿੱਚ ਹੈ, ਪੰਜਾਬ ਨੂੰ ਰਾਹ ਨਹੀਂ ਲੱਭਣ ਡਿਆ, ਪੰਜਾਬ ਕੋਈ ਆਪਣਾ ਫਿਊਚਰ ਨਹੀਂ ਦਿਖਾਈ ਦੇ ਰਿਹਾ ਜੀ। ਪੰਜਾਬ ਦੇ ਵਿੱਚ ਦਿਨੋ ਦਿਨ ਹਾਲਤ ਜਿਹੜੀ ਆ ਉਹ ਅਨਸਰਟਨਟੀ ਪੈਦਾ ਹੋ ਰਹੀ ਆ, ਔਰ ਉਸ ਅਨਸਰਟਨਟੀ ਦੇ ਵਿੱਚ ਮੈਂ ਇਹ ਗੱਲ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਮੈਨੂੰ ਕੋਈ ਤੁਸੀਂ ਬੰਦਾ ਦੱਸ ਦਿਓ, ਅੱਜ ਜੋ ਮਰਜ਼ੀ ਸਟੇਕ ਹੋਲਡਰ ਹੋਣ, ਸਾਡੇ ਵਰਗੇ ਹੋਣ, ਇੱਥੇ ਕੋਈ ਪੋਲੀਟੀਸ਼ੀਅਨ ਹੋਵੇ, ਜਿਹੜਾ ਬੰਦਾ ਵਾ ਉਹਨੇ ਆਪਣੇ ਆਪਣੇ ਨਿਆਣਿਆਂ ਦਾ ਭਵਿੱਖ ਪੰਜਾਬ ਤੋਂ ਬਾਹਰ ਸੇਫ ਨਹੀਂ ਕੀਤਾ, ਜਿਹੜੇ ਕਰ ਸਕਦੇ ਆ ਜੀ, ਜਿਹੜੇ ਨਹੀਂ ਕਰ ਸਕਦੇ ਉਹ ਤਾਂ ਵਿਚਾਰੇ ਬੈਠੇ ਬੈਠੇ ਇੱਥੇ ਆ। ਤੋ ਇਸ ਕਰਕੇ ਤੁਸੀਂ ਜਦੋਂ ਇੱਦਾਂ ਦੇ ਵਰਤਾਰੇ ਦੇ ਵਿੱਚ ਜਿਹੜਾ ਕੋਰ ਇਸ਼ੂ ਹੁੰਦੇ ਆ, ਹੁਣ ਪੰਜਾਬ ਨੂੰ ਰੰਗਲੇ ਪੰਜਾਬ ਦੀਆਂ ਗੱਲਾਂ ਤਾਂ ਹੋ ਗਈਆਂ, ਰੰਗਲਾ ਪੰਜਾਬ ਬਣਾਉਣਾ ਕਹਿੰਦੇ, ਸਾਡੇ ਕੋਲ ਜਿਹੜਾ ਹੈਗਾ ਖਾਸ ਕਰਕੇ ਜਿਹੜਾ ਉਹਦਾ ਲੇਆਊਟ ਕਿਹੜਾ ਹੈਗਾ ਵਾ, ਹੈ ਤੁਸੀਂ ਲੋਕਾਂ ਦਾ ਇੱਥੇ ਜੀ ਕਿੱਦਾਂ ਲਾਉਣਾ ਵਾ। ਬਿਲਕੁਲ, ਇਹਦੇ 'ਚ ਸਿੱਖੋ ਸਾਹਿਬ ਜਿਹੜਾ ਹੁਣ ਕਿਸਾਨਾਂ ਦੇ ਧਰਨਿਆਂ ਦੇ ਕਾਰਨ ਜੋ ਕਿਸਾਨੀ 'ਤੇ 100 ਤੋਂ 200 300 500 ਤੱਕ ਕੱਟ ਲੱਗ ਰਿਹਾ, ਅਤੇ ਇਹਦੇ 'ਚ ਕੈਪਟਨ ਸਾਹਿਬ ਕਹਿੰਦਾ ਭਾਜਪਾ ਮੇਰੀ ਮੰਨਦੀ ਕੋਈ ਨਹੀਂ, ਹਾਲਾਂਕਿ ਮੰਡੀ 'ਚ ਉਹ ਵੀ ਖੰਨੇ ਗੇੜਾ ਮਾਰਿਆ ਏ। ਮਨਜੀਤ ਸਿੰਘ ਧਨੇਰ ਡਕੌਂਦਾ ਗਰੁੱਪ ਵੱਲੋਂ ਬਰਨਾਲਾ ਹਲਕੇ 'ਚ ਐਲਾਨ ਕਰ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਬਾਈਕਾਟ ਕਰ ਦਿਓ ਵੋਟਾਂ 'ਚ। ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਕੀ ਨਤੀਜਾ ਵੇਖਦੇ ਹੋ ਇਹਨਾਂ ਹਾਲੀਆ ਕਿਸਾਨੀ ਜਾਂ ਸਰਕਾਰੀ ਮਸਲਿਆਂ ਦਾ? ਜੀ ਦੇਖੋ, ਚੀਜ਼ਾਂ ਸਾਰੀਆਂ ਦੇਖਣੀਆਂ ਪੈਣੀਆਂ। ਝੋਨਾ ਹੁੰਦਾ ਠੀਕ ਆ, ਮੈਂ ਨਹੀਂ ਕਹਿੰਦਾ ਕੇਂਦਰ ਸਰਕਾਰ, ਉਹ ਤਾਂ ਆਪਾਂ ਨੂੰ ਉਹਦਾ ਤਾਂ ਪਤਾ ਹੀ ਪਤਾ, ਆਪਾਂ ਬਹੁਤਾ ਨਾ ਦਈਏ। ਆਪਾਂ ਨੂੰ ਇਹ ਵੀ ਦੇਖਣ ਦੀ ਲੋੜ ਆ ਕਿ ਜਦੋਂ ਇਹਨਾਂ ਨੇ ਸਾਰੀਆਂ ਜਥੇਬੰਦੀਆਂ ਨੇ ਆਪਣਾ ਮੋਰਚਾ ਵਾਪਸ ਲੈ ਲਿਆ ਸੀ, ਅਤੇ ਜਿਹੜੀਆਂ ਦੋ ਜਥੇਬੰਦੀਆਂ ਨੇ ਰੇਲ ਗੱਡੀਆਂ 2.5 ਮਹੀਨਾ ਰੋਕ ਛੱਡੀਆਂ ਸੀਗੀਆਂ, ਪਤਾ ਨਹੀਂ ਇੱਥੋਂ ਜਿਹੜੀ ਟਰਾਂਸਪੋਰਟੇਸ਼ਨ ਦੇ ਉੱਤੇ ਕੋਈ ਜਿਹੜਾ ਮਾਲ ਜਿਹੜਾ ਟਰਾਂਸਪੋਰਟ ਕਰ ਟਰਾਂਸਪੋਰਟੇਸ਼ਨ ਦੇ ਉੱਤੇ ਅਸਰ ਪਿਆ। ਕੇਂਦਰ ਸਰਕਾਰ ਤਾਂ ਚਾਹੁੰਦੀ ਸੀ, ਉਹਨੂੰ ਪਤਾ ਕਿੰਨਾ ਕੁ ਦੂਰ ਦੌੜ ਜਾਵੇ। ਪੰਜਾਬ ਦੇ ਵਿੱਚ ਟਵਾਣਾ ਸਾਹਿਬ ਨਾ ਤਾਂ ਪੰਜਾਬ ਸਰਕਾਰ ਦੀ ਇਹ ਕਪੈਸਿਟੀ ਹੈਗੀ ਆ ਕਿ ਇਹ ਕਣਕ ਤੇ ਝੋਨੇ ਨੂੰ ਆਪਣੇ ਤੌਰ ਤੇ ਸੰਭਾਲ ਸਕੇ। ਬਿਲਕੁਲ, ਉਹ ਇਹਨਾਂ ਨੂੰ ਪੈਸੇ ਦਿੰਦੇ ਆ ਕਿ ਇੱਦਾਂ ਹੀ ਕਿਸੇ ਸਮੇਂ ਦੇ ਵਿੱਚ ਇੰਦਰਾ ਗਾਂਧੀ ਵੀ ਇਹਨੇ ਪੰਜਾਬ ਨਾਲ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ। ਲੱਗਦਾ ਕਿ ਇਹ ਜਿਹੜੀ ਕੇਂਦਰ ਦੀ ਸਰਕਾਰ ਵੀ ਇਹ ਐਕਸਪੈਰੀਮੈਂਟ ਕਰਨ ਲਈ ਵੀ ਕਿਸਾਨ ਪਾਲਣ ਧਰਨੇ ਲਾਉਂਦੇ ਆ, ਉਹਦੀ ਸਿਹਤ 'ਤੇ ਕੀ ਅਸਰ ਹੁੰਦਾ ਸੈਂਟਰ ਵਾਲੀ ਦੇ ਉੱਤੇ, ਉਹਦੇ ਨਾਲ ਕੋਈ ਫਰਕ ਪੈਂਦਾ ਉਹਨਾਂ ਨੂੰ ਕੀ? ਉਹ ਇਹਨਾਂ ਦੀਆਂ ਮੰਗਾਂ ਨੂੰ ਜਿਹੜਾ ਹੈਗਾ ਧਿਆਨ 'ਚ ਰੱਖਦੇ ਆ ਜੀ, ਕਿਤੇ ਨਹੀਂ ਹੋਣ ਡਿਆ ਇਹ ਧਰਨਿਆਂ ਦੇ ਨਾਲ ਇੱਥੋਂ ਦੀ ਜਿਹੜੀ ਲੋਕਲ ਪਾਪੂਲੇਸ਼ਨ ਆ
ਨੋਨ ਪੀਜ਼ੈਂਟਰੀ ਹੈਗੀ ਆ ਉਹਦੇ ਰਾਜਨੀਤਿਕ ਵਿਵਹਾਰ ਤੇ ਕਿੱਦਾਂ ਦਾ ਅਸਰ ਪੈ ਰਿਹਾ ਵਾ, ਜਾਂ ਵਪਾਰੀ ਤਬਕਾ ਜਿਹੜਾ ਹੈਗਾ ਉਹ ਕਿੱਦਾਂ ਸੋਚ ਰਿਹਾ ਹੈ, ਜਾਂ ਉਹਦੇ ਨਾਲ ਪੰਜਾਬ ਦੀ ਇਕਨੋਮੀ ਹੋਰ ਵੀਕ ਹੋ ਰਹੀ ਆ ਕਿ ਜਿਹੜੀ ਹੈਗੀ ਜ਼ਿਆਦਾ ਉਹ ਤਕੜੀ ਹੋ ਰਹੀ ਆ, ਜੀ ਕਿ ਇਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ 'ਚ ਕਿਸਾਨੀ ਮਸਲਿਆਂ ਦਾ ਹੱਲ ਲੱਭ ਜਾਊਗਾ ਜਾਂ ਨਹੀਂ ਲੱਭ ਜਾਊਗਾ, ਇਹ ਵੱਡੇ ਸਵਾਲ ਵਾ। ਜੀ ਤੋ ਇਸ ਕਰਕੇ ਇਹ ਤਾਂ ਬਹੁਤ ਕਲੀਅਰ ਆ ਕਿ ਸਾਨੂੰ ਹੀ ਹੱਲ ਲੱਭਣਾ ਪੈਣਾ, ਕਿਸਾਨੀ ਕੱਲ ਨੂੰ ਹੋ ਸਕਦਾ ਕਿਸਾਨ ਸਰਕਾਰ ਬਣਾ ਲੈਣ, ਸਰਕਾਰ ਬਣਾ ਕੇ ਕੀ ਕਰਨਗੇ ਉਹਦੇ ਵਿੱਚੋਂ ਜਦੋਂ ਤੁਹਾਡੇ ਕੋਲ ਰਿਸੋਰਸਿਸ ਨਹੀਂ ਹੈਗੇ, ਬਿਲਕੁਲ ਸਰਕਾਰ ਨੂੰ ਚਲਾਉਣ ਵਾਸਤੇ ਕਿੰਨਾ ਤੁਹਾਡੇ ਸਿਰ ਤੇ ਕਰਜ਼ਾ ਚੜਾ ਕੇ ਰੱਖ ਕੇ ਚਲੇ ਗਿਆ। ਕਿਹੜਾ ਬੰਦਾ ਆਪਣੇ ਢਿੱਡ ਦੇ ਨਾਲ ਜਿਹੜਾ ਹੈਗਾ ਪਰਨਾ ਬਣੂਗਾ, ਕੀ ਲੋਕ ਮਰ ਜਾਣਗੇ, ਕੀ ਇੰਪਲਾਈ ਮਰ ਜਾਣਗੇ, ਕੀ ਸਾਨੂੰ ਭਾਈ ਏਦਾਂ ਚੱਲ ਪਓ ਤੁਸੀਂ, ਕੀ ਲੋਕੀ ਇਹ ਮੰਨ ਜਾਣਗੇ ਵੀ ਭਾਈ ਜਿਹੜੇ ਟੈਕਸ ਸਾਨੂੰ ਸਾਰਿਆਂ ਨੂੰ ਦੇਣੇ ਚਾਹੀਦੇ ਆ, ਕੌਣ ਉਹਨਾਂ ਨੂੰ ਸੈਂਸਸ ਦੇ ਵਿੱਚ ਲਊਗਾ। ਤੋ ਇਸ ਕਰਕੇ ਕਿਸਾਨਾਂ ਦਾ ਇਹ ਤਾਂ ਠੀਕ ਆ, ਪਰ ਤੁਸੀਂ ਦੇਖੋ ਵੀ ਹਰਿਆਣੇ ਦੀ ਸਿਹਤ 'ਤੇ ਕੋਈ ਅਸਰ ਨਹੀਂ ਪੈ ਰਿਹਾ, ਉਹਨਾਂ ਦਾ ਆਪਣਾ ਕੰਮ ਚਲੀ ਜਾਂਦਾ, ਯੂਪੀ ਲਾਗੇ ਹੈਗੀ ਉੱਥੇ ਆਪਣਾ ਕੰਮ ਚਲੀ ਜਾਂਦਾ, ਰਾਜਸਥਾਨ ਦੇ ਵਿੱਚ ਆਪਣਾ ਕੰਮ ਚਲੀ ਜਾਂਦਾ ਵਾ, ਅਤੇ ਇਹ ਪੰਜਾਬ ਦਾ ਜਿਹੜਾ 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 ਹੈਗਾ ਸਾਰਾ ਅਲਟੀਮੇਟਲੀ ਕਿ ਸੈਂਟਰ ਦੀ ਸਿਹਤ 'ਤੇ ਕੋਈ ਅਸਰ ਪੈ ਰਿਹਾ ਕਿ ਨਹੀਂ ਪੈ ਰਿਹਾ, ਇਹ ਸਵਾਲ ਵੇਖਣ ਵਾਲਾ ਉਹਦੇ ਵਿੱਚੋਂ ਜੀ ਦਿੰਦੇ ਆ ਕਿ ਉਹਦੇ ਵਿੱਚ ਸੈੱਲ ਇੰਨੀ ਘੱਟ ਵਾ ਕਿ ਵਾਕਿਆ 17% ਤੋਂ ਥੱਲੇ ਆ ਜਾਂ 17% ਤੋਂ ਉੱਤੇ ਆ ਜਿਹੜੀ ਮੋਇਸਚਰ ਵਾਲੀ ਜਿਹੜੀ 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 ਖਾਸ ਕਰਕੇ ਇੱਕ ਉਹਨਾਂ ਨੇ ਇੱਕ ਫਿਕਸ ਕੀਤੀ ਆ, ਕਿਉਂਕਿ ਸਰਕਾਰੀ ਅਧਿਕਾਰੀ ਭਾਵੇਂ ਪੰਜਾਬ ਦੇ ਹੈਗੇ ਆ ਭਾਵੇਂ ਜਿਹੜੇ ਮਰਜ਼ੀ ਹੋਣਗੇ ਉਹ ਤਾਂ ਹੀ ਖਰੀਦਣਗੇ ਨਾ ਜੇ ਤੁਹਾਡੇ ਕੋਲ ਇਸ ਨੋਰਮ ਦੇ ਵਿੱਚ ਆਉਂਦੀ ਆ, ਜਾਂ ਜਿਹੜੀ ਜਿਹੜੀ ਆੜ੍ਹਤੀਆਂ ਜਿਹੜੀ ਖਾਸ ਕਰਕੇ ਸੈਲਰਾਂ ਦੇ ਵਾਲਿਆਂ ਨੇ ਗੱਲ ਕੀਤੀ ਆ ਵੀ ਭਾਈ ਉਹ ਜਿਹੜੀ ਸੈਂਟਰ ਗੌਰਮੈਂਟ ਨੇ ਉਹਨਾਂ ਨੂੰ ਪਰਚੇਸ ਕਰ ਰਹੇ ਆ ਕਿ ਉਹਦੀ ਰਿਕਵਰੀ ਇੰਨੀ ਆਊਗੀ ਕਿ ਨਹੀਂ ਆਊਗੀ। ਗੱਲ ਬੜੀ ਸਿੱਧੀ ਆ ਕਿ ਜੇ 2 ਕਿਲੋ ਵੀ ਰਿਕਵਰੀ ਟੁੱਟਦੀ ਆ ਕਿ ਸੈਲਰ ਵਾਲਾ ਸਰਵਾਈਵ ਕਰ ਜੂਗਾ ਇਸ ਸਮੇਂ ਦੇ ਵਿੱਚ ਕਿ ਨਹੀਂ ਕਰ ਜੂਗਾ, ਉਹਨਾਂ ਦਾ ਆਪਣਾ ਇੱਕ ਸਿਸਟਮ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਜਦੋਂ ਆਪਾਂ ਟੋਟੈਲਿਟੀ 'ਚ ਦੇਖਦੇ ਹਾਂ, ਉਹ ਟੋਟੈਲਿਟੀ ਦੇ ਵਿੱਚ ਜਿਹੜੀ ਕਿਸਾਨੀ ਦਾ ਜਿਹੜਾ ਸੰਕਟ ਹੈਗਾ ਵਾ ਉਹ ਸਾਰੇ ਸਟੇਕ ਹੋਲਡਰਾਂ ਦੀ, ਮੈਂ ਹੁਣ ਇਹ ਨਹੀਂ ਕਹਿੰਦਾ ਵੀ ਕੁਝ ਲੋਕ ਕਹੀ ਜਾਂਦੇ ਵੀ ਝੋਨਾ ਨਾ ਲਾਇਆ ਜਾਵੇ, ਜਦੇ ਵੀ ਕਣਕ ਨਾ ਬੀਜੀ ਜਾਵੇ, ਇਹ ਗੱਲ ਠੀਕ ਹੈਗੀ ਆ ਵੀ 1 ਸਾਲ ਝੋਨਾ ਨਾ ਹੋਵੇ, 1 ਸਾਲ ਕਣਕ ਨਾ ਜਿੰਨਾ ਪੰਜਾਬ ਕੰਟਰੀ ਕਰਦਾ ਵਾ ਤੇ ਇਹ ਜਿਹੜਾ ਹੈਗਾ ਇਹਨਾਂ ਦੇ ਗੋਡੇ ਲੱਗ ਜਾਣ, ਪਰ ਕੀ ਅਸੀਂ ਝੋਨਾ ਕਣਕ ਨਾ ਬੀਜ ਕੇ ਸਰਵਾਈਵ ਕਰ ਸਕਦੇ ਹਾਂ, ਇਹ ਵੀ ਸਾਨੂੰ ਸਵਾਲ ਦੇਖਣਾ, ਸਾਡੀਆਂ ਲੋੜਾਂ ਕਿੱਥੇ ਹੈ, ਬਿਲਕੁਲ ਕਿੰਨੀਆਂ ਲੋੜਾਂ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਕਿਸਾਨੀ ਤਾਂ ਚਲੋ ਇਹੀ ਕਰ ਸਕਦੇ ਨਾ, ਵੱਧ ਤੋਂ ਵੱਧ ਦਿੱਲੀ ਤੱਕ ਜਾ ਨਹੀਂ ਸਕਦੇ, ਇਹੀ ਉਹਨਾਂ ਦਾ ਹੈਗਾ ਨਾ ਪ੍ਰੋਟੈਸਟ, ਕੀ ਉਸ ਪ੍ਰੋਟੈਸਟ ਨਾਲ ਮਸਲਾ ਹੱਲ ਹੋ ਰਿਹਾ ਜਾਂ ਮਸਲਾ ਪ੍ਰੋਲੋਂਗ ਹੋ ਰਿਹਾ, ਕੀ ਸਟੇਟ ਗੌਰਮੈਂਟ ਤੋਂ ਆਸ ਰੱਖਣ ਦਾ ਕੋਈ ਫਨ ਨਹੀਂ ਹੈਗਾ, ਕਿਉਂਕਿ ਇਹਦੇ ਪੱਲੇ ਹੀ ਕੰਮ ਨਹੀਂਗਾ, ਨਾ ਤਾਂ ਭਗਵੰਤ ਸਿੰਘ ਮਾਨ ਪਿਛਲੇ ਸਮੇਂ 'ਚ ਉਹਨਾਂ ਨੇ ਆਪਣਾ ਟਾਈਮ ਪੂਰਾ ਕਰ ਲਿਆ, ਖਜ਼ਾਨਾ ਬਹੁਤ ਜ਼ਿਆਦਾ ਹੈਗਾ, ਜਿੱਥੇ ਮਰਜ਼ੀ 1 ਕਰੋੜ ਰੁਪਇਆ ਫੜਾ ਦਿਉ, 2 ਕਰੋੜ ਫੜਾ ਦਿਉ, ਉਹ ਨੱਚ ਟੱਪ ਕੇ ਸਰਕਾਰ ਨੇ ਆਪਣਾ ਟਾਈਮ ਪਾਸ ਕਰ ਲਿਆ। ਦੂਸਰੇ ਪਾਸੇ ਜਿਹੜਾ ਸਵਾਲ ਹੈ, ਤੁਹਾਡੇ ਜਿਹੜੇ ਮੁਲਾਜ਼ਮ ਆ ਉਹਨਾਂ ਤੁਹਾਡੇ ਗੱਲ 'ਚ ਅੰਗੂਠਾ ਦਿੱਤਾ ਵਾ, ਤਨਖਾਹ ਤੁਹਾਡੇ ਪੈਨਸ਼ਨ ਆ ਉਹਨਾਂ ਗੱਲ 'ਚ ਅੰਗੂਠਾ ਦਿੱਤਾ, ਤੁਹਾਡੇ ਜਿਹੜੇ ਕਿਸਾਨ ਆ ਉਹਨਾਂ ਗੱਲ 'ਚ ਅੰਗੂਠਾ ਦਿੱਤਾ, ਅਤੇ ਜਿਹੜੀਆਂ 4 ਚੋਣਾਂ ਹੋਣੀਆਂ ਉਹ 'ਚ ਇਹ ਤਾਂ ਹੈਗਾ ਵੀ ਉੱਥੇ ਸਟੇਕ ਹੈਗਾ ਕਾਂਗਰਸ ਦਾ ਅਤੇ ਆਮ ਆਦਮੀ ਪਾਰਟੀ ਦਾ, 2-2 ਸੀਟਾਂ ਬਿਲਾਸਪੁਰ ਵਾਲੀ ਅਤੇ ਜਿਹੜੀ ਉੱਥੋਂ ਵਾਲੀ ਸੀ ਆਪਣੇ ਮੁਕਤਸਰ ਵਾਲੀ, ਇਹ ਕਾਂਗਰਸ ਦੇ ਕੋਲ ਸੀਗੀ, ਬਰਨਾਲੇ ਵਾਲੀ ਅਤੇ ਜਿਹੜੀ ਆਪਣੀ ਉੱਥੋਂ ਦੀ ਸੀਗੀ, ਨਹੀਂ 3 ਕਾਂਗਰਸ ਦੀਆਂ ਸੀਗੀਆਂ, ਜਿਹੜਾ ਉਹ ਮੁੜ ਕੇ ਬਾਅਦ ਦੇ ਵਿੱਚ ਅੱਬੇ ਵਾਲੀ ਇਹਨਾਂ ਵਾਲੇ ਪਾਸੇ ਲਾ ਗਿਆ ਸੀਗਾ, ਅਤੇ 1 ਉਹਦੇ ਵਿੱਚੋਂ ਆਮ ਆਦਮੀ ਪਾਰਟੀ ਬਰਨਾਲਾ ਵਾਲੀ, ਬਰਨਾਲਾ ਵਾਲੀ ਆਮ ਆਦਮੀ ਪਾਰਟੀ ਦੀ ਇਕੱਲੀ ਹੈਗੀ ਸੀ ਮੀਤ ਹੇਰ ਦੀ, ਬਾਕੀ ਉਹ ਚੱਬੇਵਾਲ ਤੋਂ ਉਸ ਪਾਸੇ ਵੱਲ ਚਲਾ ਗਿਆ। ਹੁਣ ਇਹ ਹੈਗਾ ਕਿ ਇਹ ਤੇ ਲੋਕ ਹੀ ਦੱਸਣਗੇ ਕਿੱਦਾਂ ਰਿਸਪੋਂਡ ਕਰਦੇ ਆ, ਕਿਉਂਕਿ ਇਹ ਨਹੀਂ ਹੋ ਸਕਦਾ ਵੀ ਜੋ ਜੇ ਕਿਸਾਨ ਇੱਦਾਂ ਕਰਦੇ ਆ ਤੇ ਅਸੀਂ ਜੇ ਸੋਚ ਲਈਏ ਵੀ ਕਿਸਾਨਾਂ ਦੇ ਹਿਸਾਬ ਦੇ ਨਾਲ ਹੀ ਸਾਰਾ ਜਿਹੜਾ ਹੈਗਾ ਉਹਦਾ ਆਊਟਕਮ ਆਊਗੀ, ਜਿੱਦਾਂ ਹਰਿਆਣੇ 'ਚ ਆਪਾਂ ਦੇਖ ਲਿਆ ਨਾ ਕਿ ਜਿੰਨਾ ਕਿਸਾਨੀ ਜਾਂ ਜਾਟਵਾਦ ਦੀ ਗੱਲ ਕੀਤੀ ਆ ਤੇ ਉਹਦਾ ਜਿਹੜਾ ਰਿਐਕਸ਼ਨ ਕਿਸ ਤਰੀਕੇ ਦੇ ਨਾਲ, ਜਾਂ ਉਹਨੂੰ ਉਹ ਦੂਸਰੀ ਪਾਰਟੀਆਂ ਨੇ ਕਿਸ ਤਰੀਕੇ ਨਾਲ ਜਿਹੜਾ ਆਪਣੇ ਤਰੀਕੇ ਦੇ ਨਾਲ ਉਹਨੂੰ ਜਿਹੜਾ ਹੈਗਾ ਸੀਗਾ ਉਹਨੂੰ ਮਟੀਰੀਅਲਾਈਜ਼ ਕਰ ਲਿਆ ਜਾਂ ਉਹਨੂੰ ਆਪਣੇ ਤਰੀਕੇ ਨਾਲ ਮੈਨੇਜ ਕਰ ਲਿਆ। ਹਾਂ ਠੀਕ ਹੈਗੀ ਆ ਵੀ ਕੀ ਲੋਕ ਅਜੇ ਸੋਚਦੇ ਆ ਵੀ ਆਮ ਆਦਮੀ ਪਾਰਟੀ ਅਜੇ ਵੀ ਅਕਾਲੀਆਂ ਕਾਂਗਰਸੀਆਂ ਤੋਂ ਚੰਗੀ ਆ, ਇਹ ਵੀ ਲੋਕਾਂ ਦੇ ਧਿਆਨ ਹੋਊਗੀ ਕਿਉਂਕਿ ਪਹਿਲਾਂ ਤਾਂ ਭੁੱਲੇ ਨਹੀਂ ਵੀ ਉਹਨਾਂ ਨੇ ਕੀ ਕੀਤਾ ਉਹਦੇ ਵਿੱਚੋਂ। ਇਸ ਕਰਕੇ ਇਹ ਬਹੁਤ ਕੰਪਲੈਕਸ ਆ, ਪਰ ਮੈਨੂੰ ਅਜੇ ਵੀ ਲੱਗਦਾ ਹੈਗਾ ਕਿ ਇਹਦੇ ਵਿੱਚ ਇਹ ਠੀਕ ਆ ਕਿ ਆਮ ਆਦਮੀ ਪਾਰਟੀ ਉਹਨਾਂ ਜ਼ੋਰ ਲਾਊ ਨਹੀਂ ਲਾ ਸਕਦੀ, ਜਲੰਧਰ ਦੀ ਸੀਟ ਇਹਨਾਂ ਨੇ ਬੜਾ ਜ਼ੋਰ ਲਾ ਕੇ ਜਿੱਤੀ ਸੀਗੀ, ਸਾਰੀ ਬੈਠੀ ਸੀ, ਭਗਵੰਤ ਸਿੰਘ ਮਾਨ ਆਪਣਾ ਰੈਜੀਡੈਂਟ ਸ਼ਿਫਟ ਕਰਨ ਦੀ ਗੱਲ ਉੱਥੇ ਕਰਦੇ ਸੀਗੇ, ਮੰਤਰੀ ਬਣਾਉਣ ਦੀ ਗੱਲ ਕਰਦੇ ਸੀਗੇ, ਸਾਰਾ ਕੁਝ ਕਰਦੇ ਸੀਗੇ, ਅਤੇ ਹੁਣ ਤਾਂ ਇਹ
जी लोग ही दस क्योंकि बाई इलेक्शन के बारे लोग कई बार बहुत बड़िया बड़िया स्थिति जो हों सब देंगे स्थिति है ना। माड़ी है, झाड़ू की स्थिति माड़ी है। तो डॉक्टर साहब, तुम इन्हीं दिन बस साहब कनेडा च विचर रहे हो, बहुत सारे एन आर आई समागमों जाते हो, इन्हीं दिन खास करके एन आर आई पंजाबियों का साइबेरियन मुरगाबियों की आमद का समा आता, अफसोस के दोनों का शिकार हों, मुरगाबियों का भी तो एन आर आई पंजाबियों का भी। आ दो तीन खबर ने अज दियाँ, लुधियाणा तो जी एक रिपोर्ट है नछत्र सिंह एन आर आई की कोठी वेचण के दोषों के अधीन आम आदमी पार्टी के सनौर तो एम एल ए हरमीत सिंह पठान माजरा की पत्नी गुरप्रीत कौर गुरी जी का विवाद भी सगा, उस गुरप्रीत कौर गुरी तो एक एन आर आई की कोठी दबण के दोषों के बिना तो परचा हो गया। दूसरे पासे मोगा का पिंड चूड़चक है, चूड़चक के कनेडा रेंदे गुरजिंदरपाल सिंह तो इंग्लैंड रेंदे सतबीर सिंह की 17 एकड़ जमीन ठग वेच गए ने, जिस संबंधी मोगा पुलिस ने जाली आधार कार्ड पैन कार्ड के विदेशी पासपोर्टा के अपनी फोटो चिपका के रवि कुमार ने एन आर आई सतवीर सिंह की जमीन बेची तो मोगा की टायल फैक्टरी के मालिक रजनीश कुमार को बेच दी। इस तरह रवि वासी सिद्धवा बेट ने सुखदेव सिंह बन के प्रॉपर्टी डीलर की भूमिका निभाई, जानी ये जड़ियाँ ने इस तरह एक ग्रोह फड़िया गया। मोगा बहुत सारे मामलों च अक्सर विवादों च रहा, कदे पासपोर्ट घोटाला, कदे जिस्मां दे ट्रेड का घोटाला, तो ये हुण एन आर आई पंजाबियों की जमीन वेचण का ग्रोह मोगा दे विच पुलिस ने जनतक किया। पर तुसी वेखो कि पिछलियां सरकारां ने एन आर आई पुलिस बनाई सी, एन आर आई अदालतां बनाईयां सी, कुछ नहीं हो सकिया। आम आदमी पार्टी नूं बड़ा नावां दित्ता एन आर आईज ने, पर यह जिहड़ा एन आर आई के मामले च यह सरकारां कुछ बहुता नहीं कर सकी। तो एन आर आई का पंजाब प्रति रुझान की वेखदे हो? बहुत सारे विद्यार्थी जिहड़े उत्थे पाड़े दे तौर पर पक्के होण गए सी, उन्हां नूं हुण ट्रूडो सरकार ट्रंक चकाई जांदे कि चलो वापस। एन आर आई की जां एन आर आई बनने वाले पंजाबियों की की दशा ते दिशा है जी डॉक्टर साहब? विल दी घाट हुंदी आ, सिस्टम बहुत जड़ी होंगी है, सारे साधन होंगे जी, सिस्टम को लेजिटिमेट पावर हैगी आ जान लैण। ते जो कुछ वर्तारा हो रहा है मतलब जो चलता आ रहा है बहुत ज्यादा कोई तब्दीली नहीं आई। सरकारां दी जड़ी हैगी कमिटमेंट उस किस्म की नहीं हैगी, ब्यूरो ढांचा उही हैगा। अज मैं कोई कोई सज्जण नाल गल कर रहा सीगा कि वह ਸੀ ਨੂੰ ਬਲੇਮ ਕਰ ਰਿਹਾ ਸੀਗਾ ਹੋਰ ਨੂੰ, ਮੈਂ ਕਿਹਾ ਨਹੀਂ ਬਲੇਮ ਆਪਾਂ ਆਪਣੇ ਆਪ ਨੂੰ ਕਰੀਏ ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਕਰੀਏ ਜੀ ਜਿਨ੍ਹਾਂ ਨੂੰ ਅਸੀਂ ਚੁਣਿਆ ਵਾ ਉਹਨਾਂ ਦਾ ਏਜੰਡਾ ਕੀ ਹੈਗਾ, ਉਹ ਉਹਨਾਂ ਕੋਲ ਕੀ ਆਪਣਾ ਇਹਨਾਂ ਮਸਲਿਆਂ ਦੇ ਹੱਲ ਹੈਗੇ ਆ। 2.5 ਸਾਲ ਤੇ ਨੱਚ ਟੱਪ ਕੇ ਕੱਢਦੇ ਉਹਨਾਂ ਦੇ, ਅਗਲਾ ਹੁਣ 2 ਸਾਲ ਹੋਰ ਰਹਿ ਗਏ ਉਹਦੇ ਵਿੱਚੋਂ। ਚੰਗੀ ਸ਼ੁਰੂਆਤ ਹੋ ਸਕਦੀ ਸੀ ਜੇ ਕੋਈ ਏਜੰਡਾ ਹੁੰਦਾ, ਜੇ ਕੋਈ ਫਿਲਾਸਫੀ ਹੁੰਦੀ, ਜੇ ਕੋਈ ਵਿਚਾਰਧਾਰਾ ਹੁੰਦੀ, ਜੇ ਕੋਈ ਕਮਿਟਮੈਂਟ ਹੁੰਦੀ, ਜੇ ਕੋਈ ਮੈਪ ਹੁੰਦਾ। ਪੈਦਲ ਸਾਰਾ ਕੰਮ ਚਲਾਇਆ, ਕੋਈ ਰੋਡ ਮੈਪ ਨਹੀਂ ਬਣਿਆ। ਪਾਰਟੀ ਨੂੰ ਆਪਾਂ ਕਹਿੰਦੇ ਆਮ ਆਦਮੀ ਪਾਰਟੀ, ਇਹਦੀ ਕੀ ਫਿਲਾਸਫੀ ਅੱਜ ਤੱਕ ਸਾਨੂੰ ਤੇ ਨਹੀਂ ਪਤਾ ਲੱਗਾ, ਤੁਹਾਨੂੰ ਪਤਾ ਹੋ ਤੇ ਤੁਸੀਂ ਕਦੇ ਇਹਦੀ ਵਿਚਾਰਧਾਰਾ ਬਾਰੇ ਤੁਸੀਂ ਦੱਸ ਦਿਓ ਕੀ ਵਿਚਾਰਧਾਰਾ ਹੁੰਦੀ ਆ। ਹੈ ਉਹ ਵਨ ਮੈਨ ਜਿਹਾ ਸ਼ੋ ਉੱਤੇ ਸੀ, ਵਨ ਮੈਨ ਸ਼ੋ ਥੱਲੇ ਸੀਗਾ, ਇਹ ਤਾਂ ਬਾਈ ਡਿਫਾਲਟ ਦੇ ਵਿੱਚੋਂ ਲੋਕਾਂ ਨੇ ਦੂਸਰਿਆਂ ਤੋਂ ਦੁਖੀ ਹੋ ਕੇ ਇਹਨਾਂ ਨੂੰ ਅੱਗੇ ਲੈ ਕੇ ਆਉਂਦਾ ਸੀ। ਇਸ ਕਰਕੇ ਇਹਨਾਂ ਕੋਲ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ, ਕਿਉਂਕਿ ਪਹਿਲੀ ਗੱਲ ਤਾਂ ਹੈਗਾ ਕਿ ਕਿਤੇ ਵੀ ਇਹਨਾਂ ਦੀ ਜਿਹੜੀ ਆ ਡੀਸੈਂਟਰਲਾਈਜੇਸ਼ਨ ਨਹੀਂ ਹੈ ਜੀ ਪਾਵਰ ਦੀ। ਇੱਕ ਉਹ ਕਾਂਗਰਸ ਦਾ ਕੋਈ ਐਕਸ ਐਮ ਐਲ ਏ ਨੇ ਜਵਾਨ ਕੀਤਾ ਸੀ, ਕੱਲ੍ਹ ਉਹਦੀ ਸਟੇਟਮੈਂਟ ਆ ਰਹੀ ਸੀ ਵੀ ਮੈਂ ਜਿੱਦਣ ਆਮ ਆਦਮੀ ਪਾਰਟੀ ਗਿਆ ਸੀ ਉੱਦਣ ਹੀ ਮੁੱਖ ਮੰਤਰੀ ਨੂੰ ਮਿਲਿਆ, ਉਹ ਤੋਂ ਬਾਅਦ ਮੇਰਾ ਮੇਲ ਹੀ ਨਹੀਂ ਹੋਇਆ। ਇਸੇ ਤਰੀਕੇ ਨਾਲ ਮੰਤਰੀਆਂ ਦਾ ਵੀ ਇਹੀ ਹਾਲ ਹੈਗਾ, ਬਹੁਤ ਡਿਸਔਰਗਨਾਈਜ਼ ਸਿਸਟਮ ਆ, ਬਹੁਤ ਡਿਸਜੁਆਇੰਟਡ ਸਿਸਟਮ। ਦਲ ਬਦਲੂਆਂ ਦਾ ਤਾਂ ਮਾੜੇ ਹਾਲਾਤ ਨੇ, ਹੁਣ ਕੈਪਟਨ ਸਾਹਿਬ ਰੋਈ ਜਾਂਦੇ ਨੇ ਕਿ ਭਾਜਪਾ ਮੇਰੀ ਸਲਾਹ ਨਹੀਂ ਲੈਂਦੀ, ਕਹਿੰਦੇ ਅਸੀਂ ਕੁਛ ਗੰਭੀਰ ਅਤੇ ਸਿਆਣੇ ਰਾਜਨੀਤੀਵਾਨ ਸੀ, ਤਜਰਬੇਕਾਰ ਸੀ, ਅਸੀਂ ਇਸੇ ਕਰਕੇ ਭਾਜਪਾ ਨਾਲ ਜੁੜੇ ਸੀ ਵੀ ਜਦੋਂ ਤੁਹਾਡੀ ਗੰਭੀਰਤਾ ਦੀ ਅਗਲੇ ਨੂੰ ਲੋੜ ਨਹੀਂ, ਤੁਹਾਡੇ ਤਜਰਬੇ ਦੀ ਬੀਜੇਪੀ ਨੂੰ ਲੋੜ ਨਹੀਂ, ਤੁਸੀਂ ਗਏ ਕਾਹਦੇ ਵਾਸਤੇ? ਖੈਰ ਇਸ ਦੌਰਾਨ ਪੰਜਾਬ ਦੀ ਕਿਸੇ ਮਤਲਬ ਇੱਕ ਉਮੀਦ ਕਰਦੇ ਨੇ ਕਿ ਪੰਜਾਬ ਦਾ ਹਮੇਸ਼ਾ ਦਿੱਲੀ ਨਾਲ ਇੱਟ ਖੜਕਾ ਰਿਹਾ ਹਮੇਸ਼ ਤੋਂ 4000 ਸਾਲ ਤੋਂ, ਇਸ ਦੌਰਾਨ ਪੰਜਾਬ ਦੀ ਇੱਕ ਰਵਾਇਤੀ ਪਾਰਟੀ ਦੀ ਜ਼ਰੂਰਤ ਖੇਤਰੀ ਪਾਰਟੀ ਦੀ ਹਮੇਸ਼ਾ ਹਰ ਧਿਰ ਮਹਿਸੂਸ ਕਰਦੀ ਹੈ ਜ਼ਰੂਰਤ। ਜੇ ਉਸ ਖੇਤਰੀ ਪਾਰਟੀ ਦਾ ਜ਼ਿਕਰ ਕਰੀਏ ਤਾਂ ਅਕਾਲੀ ਦਲ ਬਾਦਲ ਉਹ ਖੱਖੜੀਆਂ ਕਰੇਲੇ ਹੋਇਆ ਪਿਆ। ਹੁਣ ਕੱਲ੍ਹ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਸਾਹਿਬ ਦੀ ਚੋਣ ਹੈ ਅਤੇ ਅਕਾਲੀ ਦਲ ਇਹਨਾਂ ਚੋਣਾਂ 'ਚੋਂ ਤਾਂ ਬਾਹਰ ਹੈ, ਅਕਾਲੀ ਦਲ ਦੀ ਰਾਜਨੀਤੀ 'ਤੇ ਕਰੋ ਫਿਰ ਸਮਾਪਤੀਆਂ ਡਾਕਟਰ ਸਾਹਿਬ। ਜਦੋਂ ਕੋਈ ਵੀ ਪਾਰਟੀ ਜਿਹੜੀ ਆ ਵਿਚਾਰਧਾਰਾ ਤੋਂ ਲਾਂਭੇ ਹੋ ਜਾਵੇ, ਆਦਰਸ਼ਾਂ ਤੋਂ ਲਾਂਭੇ ਹੋ ਜਾਵੇ ਤੇ ਆਪਣੇ ਆਪ ਸੈਂਟਰਲਾਈਜ਼ ਹੋ ਜਾਵੇ,
ਨੂੰ ਐਕਸਪੈਂਡ ਨਾ ਕੀਤਾ ਜਾਵੇ, ਇੰਟਰਨਲ ਡੈਮੋਕ੍ਰੇਸੀ ਨਾ ਹੋਵੇ, ਲੋਕਾਂ ਨੂੰ ਸਵਾਲ ਪੁੱਛਣ ਦੀ ਇਜਾਜ਼ਤ ਨਾ ਦਿੱਤੀ ਜਾਵੇ, ਤੇ ਫਿਰ ਇਹੀ ਹੋਣਾ ਹੁੰਦਾ ਜਿਹੜਾ ਅਕਾਲੀ ਜੀ ਅਕਾਲੀ ਦਲ ਪਾਰਟੀ ਦੀ ਥਾਂ ਦੇ ਉੱਤੇ ਇੱਕ ਫੈਮਿਲੀ ਜਿਹੜਾ ਹੈਗਾ ਸੀਗਾ, ਇੱਕ ਬਿਜ਼ਨਸ ਜਿਹਾ ਬਣ ਕੇ ਰਹਿ ਗਿਆ। ਔਰ ਪਾਰਟੀ ਨੇ ਜਿਹੜਾ ਜਿਹੜਾ ਖਾਸ ਕਰਕੇ ਸਰਕਾਰ ਬਣਾਈ, ਅਤੇ ਪਾਰਟੀ ਦੀ ਵਜ੍ਹਾ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ, ਅਤੇ ਸਾਰੀਆਂ ਪਾਵਰਾਂ ਇੱਕੇ ਥਾਂ ਸੈਂਟਰਲਾਈਜ਼ ਹੋ ਗਈਆਂ। ਤਾਕਤ ਦੀ ਸੈਂਟਰਲਾਈਜੇਸ਼ਨ ਹੁੰਦੀ ਆ, ਉਹਦੇ ਸਾਡੇ ਕਹਾਵਤ ਹੈਗੀ ਲਾਰਡ ਐਕਟਨ ਦੀ, ਪਾਵਰ ਮੇਕਸ ਏ ਪਰਸਨ ਕਰਪਟ ਐਂਡ ਐਬਸੋਲੂਟ ਪਾਵਰ ਮੇਕਸ ਏ ਪਰਸਨ ਐਬਸੋਲੂਟਲੀ ਕਰਪਟ। ਬਿਲਕੁਲ। ਅਤੇ ਜਦੋਂ ਤੁਸੀਂ ਇਸ ਪਾਸੇ ਵੱਲ ਤੁਰ ਪੈਂਦੇ, ਉਹਨੂੰ ਮੱਤ ਮਾਰੀ ਜਾਂਦੀ ਆ, ਜਦੋਂ ਮੱਤ ਮਾਰੀ ਜਾਂਦੀ ਆ ਤਾਂ ਫਿਰ ਤੁਹਾਡਾ ਢਾਂਚਾ ਵਿਗੜ ਜਾਂਦਾ ਹੈ। ਔਰ ਇਹੀ ਇਹਦੇ ਵਿੱਚ ਹੋਇਆ, ਅਕਾਲੀ ਦਲ ਦਾ ਕਿੱਥੋਂ ਸ਼ੁਰੂ ਹੋਇਆ ਸੀ, ਕਿੰਨੇ ਇਤਿਹਾਸ ਪੜਿਆ ਹੋਊ ਉਹਦਾ। ਸਿਰਫ ਉਹ ਪੁਰਾਣੇ ਸਮਿਆਂ 'ਚ ਵੀ ਸਾਡੇ ਵੇਲਿਆਂ ਨੇ ਵੱਡਿਆਂ ਨੇ ਆਹ ਕੀਤਾ, ਅਕਾਲੀਆਂ ਨੇ ਦਲਾਂ ਨੇ ਆਹ ਲੀਡਰਾਂ ਨੇ ਆਹ ਕੀਤਾ, ਉਹਨਾਂ ਨੇ ਸਗਲ ਦੇ ਵਿੱਚ ਇੰਨੀ ਕੁਰਬਾਨੀ ਦਿੱਤੀ, ਉਹ ਉਹਨਾਂ 'ਤੇ ਪਈ ਦੇ ਦਿੱਤੀ, ਤੁਸੀਂ ਪ੍ਰੋਪਰੀਏਟ ਕਰ ਲਿਓ, ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੁਸੀਂ ਕੀ ਦੱਸੋਗੇ। ਬਿਲਕੁਲ। ਹੁਣ ਇਹ ਲੀਡਰਸ਼ਿਪ ਜਿਹੜੀ ਅਕਾਲੀ ਦਲ ਦੀ ਆਹ ਲੀਡਰਸ਼ਿਪ ਆ, ਚਾਹੇ ਸੁਧਾਰ ਵਾਲੇ ਪਾਸੇ ਵਾਲਾ ਚਾਹੇ ਦੂਸਰੇ ਪਾਸੇ ਵਾਲਾ, ਇਹਨਾਂ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਕੀ ਕਹਿਣਗੇ ਵੀ ਇਹਨਾਂ ਨੇ ਕੀ ਕੀਤਾ। ਜੀ ਇਹ ਪੰਜਾਬ ਨੂੰ ਲੁੱਟਿਆ ਇਹਨਾਂ ਨੇ, ਇਹਨਾਂ ਨੇ ਕੁੱਟਿਆ, ਜਦੋਂ ਤਾਕਤ ਦੇ ਵਿੱਚ ਸਾਰੇ ਇਕੱਠੇ ਸੀਗੇ। ਆਮ ਤੌਰ 'ਤੇ ਅਕਾਲੀ ਦਲ ਬਾਰੇ ਇੱਕ ਕਹਾਵਤ ਹੁੰਦੀ ਸੀ, ਇੱਕ ਮੈਨੂੰ ਮੈਂ ਇੱਕ ਸਰਦਾਰ ਦਰਬਾਰਾ ਸਿੰਘ ਮੁੱਖ ਮੰਤਰੀ ਸੀ, ਮੈਂ ਉਦੋਂ ਆਪਣੇ ਕਰਦਾ ਹੁੰਦਾ ਸੀ, PhD ਕਰਦਾ ਸੀ, ਤਾਂ ਮੈਂ JNU ਗਿਆ ਅਤੇ ਉੱਥੇ ਕੁਦਰਤੀ ਇੱਕ ਸੈਮੀਨਾਰ 'ਤੇ ਮਿਲ ਪਿਆ। ਅੱਛਾ ਜੀ। ਅਤੇ ਉਹਨਾਂ ਨੂੰ ਮੈਂ ਤਾਂ ਮਿਲਿਆ ਨਹੀਂ ਸੀ, ਮਤਲਬ ਜਾਣਦਾ ਨਹੀਂ ਸੀ, ਤਾਂ ਉੱਥੇ ਨੈਚੁਰਲੀ ਉਹ ਵੀ ਪਗੜੀ ਚਿੱਟੀ ਬੰਨ੍ਹੀ ਸੀ, ਅਤੇ ਮੈਂ ਉਹ ਵੀ ਮੇਰੇ ਕੋਲ ਪੱਗ ਬੰਨ੍ਹਦਾ ਸੀਗਾ, ਅਤੇ ਉੱਥੇ ਸਤਿ ਸ਼੍ਰੀ ਅਕਾਲ ਬੋਲੀ, ਅਤੇ ਫਿਰ ਮੈਂ ਇਹ ਗੱਲ ਚੱਲ ਵੀ ਅਕਾਲੀ ਦਲ ਦੇ ਉੱਤੇ, ਅਤੇ ਉਹ ਮੈਨੂੰ ਅਜੇ ਯਾਦ ਆ, ਇਹਦੇ ਕਾਕਾ ਇੱਦਾਂ ਹੈਗਾ, ਜਦੋਂ ਇਹ ਤਾਕਤ ਵਿੱਚ ਹੁੰਦੇ ਆ ਤਾਂ ਆਪਸ ਵਿੱਚ ਲੜਦੇ ਆ, ਜਦੋਂ ਤਾਕਤ ਤੋਂ ਬਾਹਰ ਹੁੰਦੇ ਆ ਸਾਡੇ ਨਾਲ ਲੜਦੇ ਆ, ਉਦੋਂ ਤੱਕ ਇਹ ਕਾਇਮ ਸੀਗੇ, ਪਰ ਹੁਣ ਇਹ ਬਾਹਰ ਰਹਿ ਕੇ ਆਪਸ ਲੜ ਰਹੇ, ਉਲਟੇ ਪਾਸੇ ਹੋ ਗਿਆ, ਉਲਟੇ ਪਾਸੇ ਹੋ ਗਿਆ, ਇਹ ਹੁਣ ਤਾਕਤ ਤੋਂ ਬਾਹਰ ਹੋ ਕੇ ਆਪਸ ਵਿੱਚ ਲੜ ਰਹੇ ਆ, ਜਦੋਂ ਤਾਕਤ ਤੋਂ ਬਾਹਰ ਹੋ ਕੇ ਇਹਨਾਂ ਨੂੰ ਕਾਮਨ ਜਿਹੜਾ ਪੋਲੀਟੀਕਲ ਇਹਨਾਂ ਦਾ ਸੀ ਉਹਦੇ ਖਿਲਾਫ ਲੜਨਾ ਚਾਹੀਦਾ ਸੀਗਾ। ਇਸ ਕਰਕੇ ਏਜੰਡਾ ਜਦੋਂ ਸੰਕੀਰਨ ਹੋ ਜਾਵੇ, ਤੁਸੀਂ ਪੈਂਡੇ ਤੋਂ ਲਾਂਭੇ ਹੋ ਜਾਓ, ਸਮਾਂ ਬਹੁਤ ਤੇਜ਼ ਚੱਲਦਾ ਵਾ, ਫਿਰ ਉਹ ਜਿੱਦਾਂ ਨਾ ਘੁੰਮਦੇ ਜਿਹੜੀ ਖਰਾਸ, ਜਦੋਂ ਗਾਰਗੀ ਨੇ ਲਿਖਿਆ ਵੀ ਉਹਦੇ ਉੱਤੋਂ ਜੇ ਕੋਈ ਤੁਸੀਂ ਲਾਂਭੇ ਹੋ ਜਾਂਦਾ, ਕੋਈ ਦਾਣਾ ਡਿੱਗ ਪੈਂਦਾ ਬਾਹਰ, ਤਾਂ ਫਿਰ ਉਹਦਾ ਮੁੜ ਕੇ ਮੇਨ ਸਟ੍ਰੀਮ 'ਚ ਆਉਣਾ ਬਹੁਤ ਔਖਾ ਹੋ ਜਾਂਦਾ ਵਾ। ਇਹਨਾਂ ਦੇ ਭਾਈਵਾਲ ਨੇ, ਮੈਂ ਤੁਹਾਡੀ ਗੱਲ 'ਚ ਵਾਧਾ ਕਰਦੇ ਹਾਂ, ਪਿਛਲੇ ਦਿਨੀ ਯੋਗੀ ਸਾਹਿਬ ਨੇ ਬਿਆਨ ਦਿੱਤਾ, CM UP ਨੇ, ਕਹਿੰਦਾ ਵੰਡੋਗੇ ਤੋ ਕੱਟੋਗੇ, ਵੀ ਜਿਹੜੇ ਅਲੱਗ ਅਲੱਗ ਹੋਵੋਗੇ ਤਾਂ ਖਤਮ ਹੋ ਜਾਏਗੀ। ਉਸੇ ਨੂੰ ਹੋਰ RSS ਨੇ ਮੋਹਰ ਲਾ ਦਿੱਤੀ ਹੈ ਕਿ ਵੰਡੋਗੇ ਤੋ ਕੱਟੋਗੇ। RSS ਦੇ ਜਿਹੜੇ ਸੈਕਟਰੀ ਨੇ ਮਿਸਟਰ ਦੱਤਾ ਸ਼੍ਰੀ ਹੰਸ ਬੋਲੇ, ਉਹਨਾਂ ਨੇ ਵੀ ਇਹੀ ਪੈਟਰਨ ਅਪਣਾ ਲਿਆ ਕਿ ਦਲਿਤਾਂ ਨੂੰ ਅਤੇ ਉੱਚੀਆਂ ਨੂੰ ਮੇਲ ਕੇ ਅਸੀਂ ਚੱਲਣਾ, ਹਿੰਦੂ ਇਕੱਠਾ ਰਹੇਗਾ ਤਾਂ ਬਚੇਗਾ। ਇਹ ਉਹਨਾਂ ਤੋਂ ਕਿਉਂ ਨਹੀਂ ਸਬਕ ਲੈਂਦੇ? ਪਰ ਉਹ ਤਾਂ ਆਪ ਇਹਨਾਂ ਨੂੰ ਰਗੜ ਰਹੇ, ਇਹਨਾਂ ਦੀ 9 ਮਾਸ ਦੇ ਰਿਸ਼ਤੇ ਵਾਲੇ ਜੀ। ਨਹੀਂ ਜੀ, ਨਹੀਂ, ਸਾਡਾ ਸਾਡਾ ਸਭ ਕੁਝ ਨੇ, ਸਾਡੇ ਗੁਰੂ ਸਾਹਿਬ ਨੇ ਕਿਹਾ ਵੀ ਸਭ ਨੂੰ ਨਾਲ ਲੈ ਕੇ ਚੱਲੋ, ਸਾਰਿਆਂ ਨੂੰ ਜੋੜੋ। ਸਾਡੇ ਗੁਰੂ ਸਾਹਿਬ ਦੀ ਫਿਲੋਸਫੀ, ਉਹ ਤਾਂ ਉਹਨਾਂ ਤੋਂ ਬਹੁਤ ਵੱਡੀ, ਉਹ ਤਾਂ ਬਹੁਤ ਸੰਕੀਰਨ ਸੋਚਦੇ ਆ, ਇਹ ਤਾਂ ਕਿ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਸਾਡੇ ਗੁਰੂ ਤੋਂ। ਇੱਕ ਉਹ ਸਮਾਂ ਸੀ ਜਦੋਂ 70s ਦੇ ਵਿੱਚ, 60s ਦੇ ਵਿੱਚ, 80s ਦੇ ਵਿੱਚ ਜਿੰਨੀਆਂ ਰੀਜਨਲ ਪੋਲੀਟੀਕਲ ਪਾਰਟੀਆਂ ਸੀਗੀਆਂ ਸਾਰੀਆਂ ਅਕਾਲੀ ਦਲ ਨਾਲ ਦੇਖਦੀਆਂ ਹੁੰਦੀਆਂ ਸੀਗੀਆਂ, ਸਟੇਟ ਅਟਾਰਨੀ ਦੀ ਡਿਮਾਂਡ ਇਹਨਾਂ ਨੇ ਕੀਤੀ ਸੀਗੀ, ਵਾਧੇ ਧਾਰਾ ਦੀ ਗੱਲ ਇਹਨਾਂ ਨੇ ਕੀਤੀ ਸੀਗੀ, ਐਮਰਜੈਂਸੀ ਦੇ ਖਿਲਾਫ ਇਹ ਲੜੇ ਸੀਗੇ। ਇਹ ਤਾਂ ਹੁਣ ਪੁੱਠੇ ਪਾਸੇ ਚੱਲ ਪਏ ਨਾ, ਇਹਨਾਂ ਨੇ ਤਾਂ ਉਸ ਪਾਰਟੀ ਦੇ ਨਾਲ ਜਾ ਕੇ ਮੇਲ ਮਿਲਾਪ ਕਰ ਲਿਆ ਜਿਹੜੀ ਪਾਰਟੀ ਗੁਰੂ ਸਾਹਿਬ ਉਹਨਾਂ ਦੇ ਆਦੇਸ਼ਾਂ ਦੇ ਬਿਲਕੁਲ ਖਿਲਾਫ ਜਾਣ ਰਹੀ ਆ। ਬਿਲਕੁਲ। ਉਹ ਗੁਰੂ ਸਾਹਿਬ ਤਾਂ ਕਹਿੰਦੇ ਵੰਡ ਕੇ ਸਕੋ, ਤੇ ਇਹ ਜਿਹੜੇ ਬੰਦੇ ਹੈਗੇ ਇੱਕ ਵੰਡ ਕੇ ਛਕਣ ਦੀ ਥਾਂ ਦੇ ਉੱਤੇ, ਇਹ ਜਿਹੜਾ ਸਾਰਾ ਇਹ ਆਪੇ ਛਕਣ ਵਾਲੇ ਪਾਸੇ ਵੱਲ ਤੁਰ ਪਏ, ਪਾਰਟੀ ਸੈਂਟਰਲਾਈਜ਼ ਕਰ। ਗੁਰੂ ਸਾਹਿਬ ਨੇ, ਗੁਰੂ ਸਾਹਿਬ ਗਰੀਬ ਦੇ ਮਾੜੇ ਦੇ ਨਾਲ ਖੜੇ ਸੀਗੇ, ਮਤਲਬ ਲਾਲੋ ਦੀ ਐਗਜ਼ਾਮਪਲ ਇਹੀ ਹੈਗੀ ਸੀਗੀ, ਹੈਂ, ਇਹ ਤਕੜੇ ਦੇ ਨਾਲ ਖੜੇ ਹੋਣ ਡਏ ਆ। ਬਿਲਕੁਲ। ਹੈਂ, ਇਹ ਮੋਦੀ ਦੇ ਨਾਲ ਖੜੇ ਹੋਣ ਡਏ, ਅਜੇ ਵੀ ਉਹਦੇ ਮਗਰ ਤੁਰੇ ਹੁੰਦੇ, ਹੈਂ, ਇਸ ਕਰਕੇ ਇਹ ਅਸਲੀ ਗੁਰੂਆਂ ਦੀ ਫਿਲੋਸਫੀ ਦੇ ਨਾਲ ਖੜ ਜਾਣ ਜੀ। 1,25,000 ਜਿਹੜਾ ਨਾ ਇੱਕ ਲੜਾਊਂਗਾ, ਤੁਸੀਂ ਖੜੋ ਤਾਂ ਸਹੀ, ਲੋਕੀ ਤੁਹਾਡੇ ਮਗਰ ਆ ਜਾਣਗੇ, ਪਰ ਇਹ ਰਾਹ ਭੁੱਲੇ ਪਏ ਆ, ਭਟਕ ਇਹ ਝੰਡਾ ਭੁੱਲੇ ਪਏ ਆ, ਭਟਕ ਗਏ, ਹੈਂ। ਇਹ ਤੁਸੀਂ ਜੇ ਤੁਸੀਂ ਮੈਨੂੰ ਪਤਾ, ਇੱਕ ਵਾਰੀ ਮੈਂ ਤਾਂ ਚਲੋ ਆਪਣੀ ਪਰਸਨਲ ਗੱਲ ਨਹੀਂ ਕਰਨੀ ਚਾਹੀਦੀ, ਮੈਂ ਇੱਕ ਆਰਟੀਕਲ 'ਤੇ ਲਿਖਿਆ ਅਕਾਲੀ ਦਲ ਦੇ ਬਹੁਤ ਪੁਰਾਣਾ, 17-18 ਦੇ ਵਿੱਚ, ਮੈਂ ਕਿਹਾ ਵੀ ਇਹ ਹੁਣ ਇਹਦਾ ਕੰਮ ਖਿਲਣ ਡਿਆ, 17-18 ਦੀ ਗੱਲ ਆ, ਹੁਣ ਇੱਕ ਬਹੁਤ ਵੱਡੇ ਲੀਡਰ ਦਾ ਫਰਕ ਆ ਗਿਆ, ਕਹਿੰਦਾ ਜੀ ਤੁਸੀਂ ਸਾਨੂੰ ਜਾਣਦੇ ਨਹੀਂ, ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ, ਮੈਂ ਕਿਹਾ ਮੈਂ, ਉਹਨੇ ਸੋਚਿਆ ਵੀ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ, ਮੈਂ ਤੇਰੀ ਬੈਕਗ੍ਰਾਉਂਡ ਜਾਣਦਾ, ਤੁਸੀਂ ਕਿੱਥੋਂ ਜਾ ਕੇ ਕਿਹੜੇ ਪਾਸੇ ਵੱਲ ਗਏ ਜੀ। ਅੱਛਾ ਜੀ। ਅਸੀਂ ਕਹਿੰਦਾ ਲੋਕਾਂ ਦੀਆਂ ਪੱਗਾਂ ਲਾਉਂਦੇ ਹੁੰਦੇ, ਮੈਂ ਕਿਹਾ ਅਕਾਲੀ ਦਲ ਦੀ ਫਿਲੋਸਫੀ ਇਹ ਨਹੀਂ ਆ,
ਹੈ ਇਹ ਮੈਂ ਕਿਹਾ ਕਿੱਧਰ ਦੀ ਤੇ ਉਹ ਹੋ ਗਈ ਵੀ ਤੁਸੀਂ ਕਹਿੰਦਾ ਇਹ ਕਿੱਦਾਂ ਲਿਖ ਦਿੱਤਾ ਮੈਂ ਕਿਹਾ ਤੁਹਾਡੀਆਂ ਪੱਗਾਂ ਲੱਥੀਆਂ ਤੁਹਾਨੂੰ ਪਿੰਡਾਂ 'ਚੋਂ ਘੇਰਿਆ ਗਿਆ ਮੈਂ ਤਾਂ ਲਿਖਿਆ ਉਹਦੇ ਵਿੱਚੋਂ ਤੇ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਤੁਸੀਂ ਬੁਲੀ ਕਰਦੇ ਜੋ ਤੁਸੀਂ ਜਿਹੜੀ ਗੱਲ ਜਿਹੜੀ ਹੈ ਸੁਣਨੀ ਨਹੀਂ ਚਾਹੁੰਦੇ ਉਹਦੇ ਵਿੱਚੋਂ ਗਲਤੀ ਵੀ ਕੋਈ ਗੱਲ ਅਜੇ ਵੀ ਅਕਾਲੀ ਦਲ ਮੈਂ ਇਸ ਗੱਲ ਦਾ ਹਾਮੀ ਹਾਂ ਰੀਜਨਲ ਪਾਰਟੀਆਂ ਇਸ ਦੇਸ਼ ਦੇ ਵਿੱਚ ਤਗੜੀਆਂ ਹੋਣੀਆਂ 5, 7, 10 ਜ਼ਰੂਰੀ ਆ ਪੰਜਾਬ ਲਈ ਤਾਂ ਖਾਸ ਕਰਕੇ ਪੰਜਾਬ ਲਈ ਵੀ ਹੈਗੀ ਆ ਜੰਮੂ ਕਸ਼ਮੀਰ ਲਈ ਵੀ ਹੈਗੀ ਆ ਤਾਮਿਲਨਾਡੂ ਨੂੰ ਵੀ ਹੈਗੀ ਆ ਯੂਪੀ ਲਈ ਵੀ ਹੈਗੀ ਆ ਸਾਰੇ ਆਂਧਰਾ ਲਈ ਵੀ ਹੈਗੀ ਆ ਆਸਾਮ ਲਈ ਵੀ ਆ ਵੈਸਟ ਬੰਗਾਲ ਲਈ ਆ ਜੇ ਉਹ ਨਾ ਹੋਈ ਤੇ ਇਹ ਦੇਸ਼ ਲਈ ਬਹੁਤ ਵੱਡਾ ਚੈਲੰਜ ਆਊਗਾ ਬਿਲਕੁਲ ਔਰ ਪੰਜਾਬ ਅਕਾਲੀ ਦਲ ਰਿਵਾਈਵ ਕਰ ਸਕਦਾ ਅਕਾਲੀ ਦਲ ਨੂੰ ਜੇ ਠੀਕ ਆ ਉੱਥੋਂ ਜੋ ਧਾਰਮਿਕ ਮਸਲੇ ਵਾਲੇ ਪਾਸੇ ਨਹੀਂ ਆ ਸਕਦਾ ਪੋਲੀਟੀਕਲ ਪਾਰਟੀ ਦੇ ਤੌਰ ਤੇ ਬਿਹੇਵ ਕਰਨ ਧਰਮ ਨੇ ਹੁਣ ਇਹਨਾਂ ਦਾ ਬਹੁਤਾ ਬਹੁਤ ਅਪਰੋਪਰੀਏਟ ਹੋ ਗਿਆ ਪੰਥ ਦੇ ਨਾਂ ਦੇ ਉੱਤੇ ਬਹੁਤ ਕੁਛ ਹੋ ਗਿਆ ਧਰਮ ਦੇ ਨਾਂ ਦੇ ਵੋਟਾਂ ਬਹੁਤ ਹੋ ਗਈਆਂ ਸਮੇਂ ਬਹੁਤ ਬਦਲ ਗਏ ਨਵੀਂ ਪੀੜ੍ਹੀ ਜਿਹੜੀ ਕਹਿੰਦੀ ਸਾਡੇ ਮਸਲੇ ਐਡਰੈਸ ਕਰੋ ਧਰਮ ਨੂੰ ਤੁਸੀਂ ਆਪਣੇ ਤਰੀਕੇ ਨਾਲ ਵਰ ਚੱਲਣ ਦਿਓ ਉਹਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਉਹ ਕਮੇਟੀ ਆ ਸ਼ਾਇਦ ਦੁਨੀਆ ਦੇ ਜਿਹੜੇ ਇਤਿਹਾਸ ਦੇ ਵਿੱਚ ਹੋਊਗੀ ਵੀ ਜਿਹਦੇ ਵਿੱਚ ਕਿਹਾ ਸੀ ਵੀ ਧਰਮ ਨੂੰ ਵੀ ਡੈਮੋਕਰੇਟਿਕ ਤਰੀਕੇ ਨਾਲ ਚਲਾਇਆ ਜਾਵੇ ਹਰ ਸਾਲ ਪ੍ਰੈਜੀਡੈਂਟ ਉਹਦਾ ਹਰ ਸਾਲ ਲਈ ਬਣਿਆ ਜਾਵੇ ਪ੍ਰੈਜੀਡੈਂਟ ਫਿਰ ਪਰਚੀ 'ਚੋਂ ਨਾ ਕੱਢਿਆ ਜਾਵੇ ਉੱਥੇ ਕਹਿ ਦਿਓ ਬੰਦਿਆਂ ਨੂੰ ਜਿਹਨੇ ਬਣਾਉਣਾ ਬਣਾ ਲਓ ਅਗਲੇ ਸਾਲ ਆਪੇ ਬਣ ਜੂਗੇ ਵੀ ਲੋਕਾਂ ਨੂੰ ਤੁਸੀਂ ਅਲਾਓ ਤਾਂ ਕਰੋ ਯਾਰ ਬਣਾ ਲਓ ਜਿਹਨੂੰ ਪ੍ਰਧਾਨ ਬਣਾਉਣਾ ਕਿੱਥੇ ਕੀ ਲੈ ਕੇ ਨੱਠ ਜੂ ਇੱਥੋਂ ਜਿਹੜਾ ਪ੍ਰਧਾਨ ਬਣੂਗਾ ਉਹ ਕੋਈ ਸੰਸਥਾਵਾਂ ਥੋੜ੍ਹੀ ਚੁੱਕੇ ਲੈ ਜੂਗਾ ਕੱਲ੍ਹ ਨੂੰ ਉਹਨੂੰ ਕਹੋਗੇ ਵੀ ਜੇ ਕੰਮ ਨਾ ਕੀਤਾ ਮੈਂ ਲੈ ਜੂੰਗਾ ਹੋਰ ਕੋਈ ਬੰਦਾ ਆ ਜੂਗਾ ਜਦੋਂ ਪ੍ਰਧਾਨ ਨੂੰ ਪਤਾ ਵੀ ਮੈਂ ਪ੍ਰਧਾਨ 5 ਸਾਲ ਬਣਨਾ ਹੀ ਬਣਨਾ ਤਾਂ ਅਗਲਾ ਕਹਿੰਦਾ ਕੰਮ ਕਰੋ ਨਾ ਕਰੋ ਮਾਲਕਾਂ ਨੂੰ ਖੁਸ਼ ਕਰ ਲਓ ਜੇ ਤੁਸੀਂ ਇਹਦੇ ਵਿੱਚ ਰਹਿਣਾ ਤੋ ਇਹ ਸਾਰੀ ਜਿਹੜੀ ਵਰਤਾਰਾ ਹੈ ਨੀਤੀ ਆ ਇਹ ਲੀਡਰਾਂ ਦਾ ਹੀ ਘਾਣ ਨਹੀਂ ਕਰਦੇ ਇਹਦੇ ਨਾਲ ਨਾਲ ਸੰਸਥਾਵਾਂ ਦਾ ਵੀ ਘਾਣ ਹੋਣ ਡਿਆ ਤਾਂ ਉਹੀ ਮੇਰੇ ਖਿਆਲ ਹਾਲ ਜੇ ਆਪਾਂ ਮੋਟੇ ਤੌਰ 'ਤੇ ਦੇਖਿਆ ਜਾਵੇ ਅਕਾਲੀ ਦਲ ਦਾ ਜੀ ਜੀ ਭਾਅ ਸਾਹਿਬ ਸੋ ਦੋਸਤੋ ਇਸ ਦੇ ਨਾਲ ਹੀ ਤੁਹਾਡੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਅਤੇ ਪ੍ਰੋਫੈਸਰ ਜਗਰੂਪ ਸਿੰਘ ਸੇਖੋ ਸਾਹਿਬ ਨੂੰ ਦਿਵਾ ਗਿਆ ਬਹੁਤ ਬਹੁਤ ਧੰਨਵਾਦ ਸਰ ਸਤਿ ਸ਼੍ਰੀ ਅਕਾਲ ਸੇਖੋ ਸਾਹਿਬ ਮਿਹਰਬਾਨੀ ਜੀ ਧੰਨਵਾਦ